ਮੁੰਡੇ ਦਾ ਕੀ ਨਾਂ ਦੱਸਿਆ ਜੀ? ਬੀਬਾ, ਮੁੰਡੇ ਦਾ ਕੀ ਨਾਂ ਹੈ? ਰੌਕੀ। ਰੌਕੀ ਕੀ? ਮੈਂਟਲ। ਕੱਲ੍ਹ ਦਾ ਨਹੀਂ ਜੰਮਿਆ, ਮੈਨੂੰ ਨਾ ਦੱਸ ਕੀ ਕਰਨਾ। ਮਨਾ ਕਰੇ ਲੈ ਚੱਕ, ਮੈਂ ਆ ਗਿਆ। ਕਦੀ ਗੇੜ ਨਾ ਪਾਓ ਸਰ, ਕਾਇਦੇ ਮੁਤਾਬਕ ਮੇਰੀ ਜਿੱਤ ਦਾ ਐਲਾਨ ਕਰੋ। ਸਰ, ਮੀਡੀਆ ਆਈ ਬੈਠੀ ਹੈ, ਟਾਵਲ ਸਿੱਟ ਮੈਚ ਫੋਰਫੀਟ ਕਰੋ ਜੀ, ਮੇਰੀ ਵੀ ਜਵਾਬਦੇਹੀ ਹੈ। ਰੌਕੀ ਨੂੰ ਡਿਸਕੁਆਲੀਫਾਈ ਕਰਕੇ ਫੈਸਲਾ ਮੁੰਡੇ ਦੇ ਹੱਕ 'ਚ ਦੇ ਦਿਓ। ਨਾ, ਡਿਸਕੁਆਲੀਫਾਈ ਨਾ ਕਰਿਓ ਸਰ, ਰੌਕੀ ਬਸ ਪਹੁੰਚਦਾ ਹੀ ਆ, ਮੇਰੀ ਹੁਣੇ ਗੱਲ ਹੋਈ ਹੈ ਜੀ। ਡਿਸਕੁਆਲੀਫਾਈ ਨਾ ਕਰਿਓ ਸਰ, ਸਟੇਟ ਫਾਈਨਲ ਹੈ। ਹੋਰ ਫਿਰ ਪਟਿਆਲੇ ਵਾਲਿਓ, ਪੈ ਗਈ ਸੱਥਰ ਹੈ? ਉਹ ਕਿੱਧਰ ਉੱਡ ਪੁੱਡ ਗਿਆ ਤੁਹਾਡਾ ਉੱਡ ਉੱਡ ਪੈਣਾ, ਤੂੰ ਉਹ ਚੜਿਆ ਜਾ। ਕਿਵੇਂ, ਅੱਜ ਨਹੀਂ ਕਰਦਾ ਚੀ ਪੀ? ਕੇਲੇ ਖਾਣਿਆ ਸਲਿਆ, ਤੱਫੇ ਨਾ ਖਾਲੀ, ਸਿਰੋਂ ਲੈ ਕੇ ਪੈਰਾਂ ਤੱਕ ਛਿੱਲ, ਤੇਰਾ ਤਾਂ ਬਾਂਦਰਾ ਜਿਹਾ ਫੱਕਾ ਨਾ ਛੱਡੂ ਮੈਂ। ਸਾਲਿਆ ਪੱਠ ਨਾ ਚੋਕ,
ਜਾ ਕੇ ਮੁਰਸ਼ਿਦਾਂ ਦੁਆਲੇ ਪਹਿਰਾ ਦੇ, ਜਿਹੜੇ ਕਾਲੇ ਪਏ ਨੇ ਮੈਚ ਜਿੱਤਣ ਨੂੰ। ਨਿਬੇੜਾ ਅੱਖੀ ਝੱਟ ਹੋ ਜਾਣਾ, ਕਿਤੇ ਬੇਚੈਨੀ 'ਚ ਪਹਿਲਾਂ ਹੀ ਨਾ ਗੇੜਾ ਖਾ ਡਿੱਗ ਪੈਣ। ਤੁਹਾਡੇ ਤਾਂ ਸਾਲਿਓ ਅੱਜ ਪਕਾਈ ਮਾਰਦਿਆਂ ਦੇ ਰੋਕੀ ਪਰ ਖੱਚੇ ਉਡਾਊ। ਉਹ ਛਿੱਕੂ ਨਹੀਂ ਉਡਾ ਹੋਣਾ, ਉਹਦਾ ਤਾਂ ਸਾਲਿਆ ਅੱਜ ਤੈਨੂੰ ਕਿਤੇ ਪਰਛਾਵਾਂ ਵੀ ਨਹੀਂ ਲੱਭਣਾ। ਲੈ ਚੱਕ ਆ ਖੜਾ ਜੱਟ, ਵੇਖ ਲੈਂਦੇ ਕੀ ਭੁਚਾਲ ਉਠਾਉਂਦਾ ਉਹ। ਬਈ ਸਤਫੀਰ 'ਚ ਮਿਲਾਇਆ ਸੀ ਕੰਮ, ਕਹਿੰਦਾ ਸੀ ਇਹ ਗੰਡਾ ਕੱਢ ਦਿਓ। ਤੁਹਾਡੇ ਨਹੀਂ ਹੱਡ ਹਿਲਦੇ, ਹੁਣ ਘੱਗਰੇ ਚੱਕ ਚੱਕ ਨੱਚ ਲਿਓ ਗਿੱਧੇ 'ਚ। ਗਿੱਲ ਸਾਹਿਬ, ਬਤੌਰ ਖੇਡ ਮੰਤਰੀ ਤੁਸੀਂ ਰੋਕੀ ਦੀਆਂ ਕਮਾਈਆਂ ਹੋਈਆਂ ਪ੍ਰਾਪਤੀਆਂ ਬਾਰੇ ਕੀ ਕਹਿਣਾ ਚਾਹੋਗੇ? ਬਾਕਸਿੰਗ ਦੀ ਖੇਡ ਮੁਲਕ 'ਚ ਇਸ ਟਾਈਮ ਪੂਰੇ ਜੋਬਣ 'ਤੇ ਹੈ ਤੇ ਕੌਮਾਂਤਰੀ ਪੱਧਰ 'ਤੇ ਸਾਡੀ ਬਾਕਸਿੰਗ ਦਾ ਕੋਈ ਮੁਕਾਬਲਾ ਨਹੀਂ ਤੇ ਕਾਮਨਵੈਲਥ ਦੀ ਤਿਆਰੀ 'ਚ ਚੁਣੇ ਗਏ ਬਾਕਸਰਾਂ 'ਚੋਂ ਤੇ ਇਸ ਮੁੰਡੇ ਦੇ ਹੁਨਰ ਦਾ ਕੋਈ ਸਾਨੀ ਨਹੀਂ ਤੇ ਆਹ ਜਿਹੜਾ ਕੌਮੀ ਮੀਡੀਆ ਤੇ ਵਿਰੋਧੀ ਧਿਰ ਵਾਲੇ ਪੰਜਾਬ ਨੂੰ ਨਸ਼ਿਆਂ 'ਚ ਤੋਲਦੇ ਆ ਨਾ, ਹੁਣ ਇਹਨਾਂ ਨੂੰ ਇਹ ਮੁੰਡਾ ਹੀ ਦੱਸੂਗਾ ਕੀ ਭਾਅ ਵਿਕਦੀ ਹੈ ਪੰਜਾਬ ਦੀ ਜਵਾਨੀ। ਅਸੀਂ ਖੜੇ ਹਾਂ ਇਸ ਵਕਤ ਰੋਕੀ ਦੇ ਘਰ, ਉਹਦੇ ਨਾਨਕਾ ਪਿੰਡ ਫਤਿਹਗੜ੍ਹ ਛੰਨਾ ਵਿੱਚ। ਰੋਕੀ ਦੇ ਬਾਕਸਿੰਗ ਜਗਤ ਵਿੱਚ ਕਮਾਏ ਜਸ ਨਾਲ ਤਾਂ ਅਸੀਂ ਸਾਰੇ ਵਾਕਫ ਆ। ਆਓ ਅੱਜ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਕੈਮਰਿਆਂ ਤੋਂ ਲੈ ਇਸ ਸਿਤਾਰੇ ਦੇ ਜੀਵਨ ਅਤੇ ਬਚਪਨ ਨਾਲ। ਜਵਾਕ ਤਾਜੀ ਜੰਮਦੀ ਗਲਤੀ ਹੁੰਦੀ ਹੈ। ਮੈਂ ਮਾਮਾ ਜੀ ਰਾਜਦੀਪ ਦਾ, ਉਹਦੇ ਬਚਪਨ ਬਾਰੇ ਕੀ ਦੱਸੀਏ ਜੀ। ਜਵਾਕ ਸ਼ੁਰੂ ਤੋਂ ਹੀ ਨਿਹਰੇ ਹੀ ਬਾਪ ਰੋਲਾ ਸੀ ਜੀ, ਬਸ ਪਿੰਡ ਦੀਆਂ ਬੁੜੀਆਂ ਨੇ ਉਹਦੀ ਮਾਂ ਦੇ ਮੱਥੇ ਆ ਕੇ ਲਾਂਬੇ ਮਾਰਨੇ,
ਕਦੇ ਕਿਸੇ ਦਾ ਜੂੜਾ ਪੱਟਤਾ, ਕਦੇ ਕਿਸੇ ਦੀ ਧੌੜੀ ਲਾਤੀ। ਬਸ ਗੱਲ ਕੀ ਪੁੱਛਦੇ ਹੋ ਜੀ, ਸਾਰੇ ਪਿੰਡ ਦੇ ਜਵਾਕਾਂ ਦੇ ਰਗੜ ਵਾਲੇ ਕੱਢੀ ਰੱਖਦਾ ਸੀ ਸਾਡਾ ਸ਼ੋਰ ਜਾ। ਮਿਹਰ ਆ ਰੱਬ ਦੀ, ਪੁੱਤ ਨੂੰ ਇੰਨੀ ਤਰੱਕੀ ਬਖਸ਼ੀ। ਬਾਕਸਿੰਗ 'ਚ ਸੱਟਾਂ ਦੀ ਅਕਸਰ ਸੰਭਾਵਨਾ ਰਹਿੰਦੀ ਹੈ, ਤੁਹਾਨੂੰ ਮਾਤਾ ਜੀ ਪੁੱਤ ਲਈ ਡਰ ਨਹੀਂ ਲੱਗਦਾ? ਡਰ ਕਾਹਦਾ ਧੀਏ, ਮਾਲਕ ਦੀ ਨਿਗਾਹ ਛਾਵੇਂ ਖੇਡਦਾ ਪੁੱਤ, ਉਹ ਸਭ ਵੇਖਦਾ। ਫਾਈਟ ਦਾ ਤਾਂ ਬਹੁਤ ਸ਼ੌਂਕੀ ਸੀ ਜੀ, ਆ ਜਿੰਨਾ ਚਿਰ ਪਿੰਡ ਰਿਹਾ ਨਾ, ਮੁੰਡਿਆਂ ਦੀਆਂ ਚੂਲਾਂ ਢਿੱਲੀਆਂ ਹੀ ਰਹੀਆਂ। ਦੋ ਤਿੰਨ ਤਾਂ ਹੁਣ ਤੱਕ ਨਹੀਂ ਲੋਟ ਆਏ, ਆ ਕਈ ਪੱਟੂ ਖੋਪੜ ਚਿੱਬੇ ਕਰ ਗਿਆ। ਓਏ ਕਾਲਾ ਕਿੱਥੇ ਆ, ਕਾਲਾ ਕਿੱਥੇ ਓਏ, ਉਹ ਕਾਲੇ ਉਹ ਰਿਹਾ ਮੇਰਾ ਸ਼ੇਰ। ਆ ਕਾਲੇ ਦੇ ਬੜੇ ਪੁੜੇ ਸਿੱਕੇ ਨੇ ਜੀ ਰੋਕੀ ਨੇ, ਉਹ ਆ ਜਾ ਮੇਰਾ ਸ਼ੇਰ ਭੱਜਿਆ, ਆ ਵੇਖ ਟੀ ਵੀ ਵਾਲੇ ਆਏ ਨੇ। ਓਏ ਸਤਿ ਸ਼੍ਰੀ ਅਕਾਲ ਬੁਲਾ, ਹੱਥ ਜੋੜ ਕੇ ਜੀ ਆਇਆਂ ਨੂੰ ਆਖ। ਸੰਗ ਗਿਆ ਉਹ ਕੋਈ ਨਾ, ਉਹ ਬੁੱਗੇ ਤਾਂ ਤੇਰੇ ਨਾਲ ਰੋਕੀ ਬਾਰੇ ਗੱਲਾਂ ਕਰਨੀਆਂ ਚਾਹੁੰਦੇ ਨੇ। ਵੀਰੇ ਬਾਰੇ? ਹਾਂ ਸਤਿ ਸ਼੍ਰੀ ਅਕਾਲ ਜੀ, ਸਾਡੇ ਵਰਗਾ ਬੈਰ ਨਹੀਂ ਜੀ ਦੇਖਿਆ ਪਿੰਡ ਵਾਲਿਆਂ ਨੇ। ਮੈਂ ਤੇ ਰੋਕੀ ਵੀਰ ਨੇ ਨਾ ਬਹੁਤ ਕੋਲ ਲੜੇ। ਰੋਕੀ ਵੀਰ ਨਾ ਮੈਨੂੰ ਆਪਣੇ ਹੱਥਾਂ ਉੱਤੇ ਐਂ ਕਰਕੇ ਚੱਕ ਲੈਂਦਾ ਸੀ ਜੀ, ਜਿਵੇਂ ਕ੍ਰਿਸ਼ਨ ਮਹਾਰਾਜ ਨੇ ਪਰਬਤ ਨਹੀਂ ਸੀ ਚੱਕਿਆ ਆਪਣੀ ਚੀਚੀ ਉੱਤੇ, ਉਵੇਂ। ਯਕੀਨ ਨਹੀਂ ਆਉਂਦਾ ਇਹਨਾਂ ਨੂੰ, ਯਕੀਨ ਨਹੀਂ ਆਉਂਦਾ। ਆ ਜਿਹੜੇ ਮੇਰੇ ਦੰਦ, ਛੱਡੋ ਜੀ, ਆ ਬਸ ਜਿਉਂਦਾ ਵੱਸਦਾ ਰਹੇ ਜੀ ਮੇਰਾ ਵੀਰ। ਲਵ ਯੂ ਰੋਕੀ ਵੀਰੇ। ਤੁਹਾਡਾ ਕਿਹੜਾ ਪਿੰਡ ਹੈ ਜੀ? ਮੇਰੀ ਆਪਣੀ ਰਿਟਾਇਰਮੈਂਟ ਨੂੰ ਕੁਛ 2 ਸਾਲ ਰਹਿ ਗਏ ਸੇਖੋਂ ਸਾਹਿਬ, ਸੋਚਿਆ ਸੀ ਇਹ ਵੀ ਸੁੱਕੀ ਸਾਂਦੀ ਨਿਕਲ ਜਾਣਗੇ, ਪਰ ਬਾਬੂਆਂ ਦਾ ਹੁਕਮ ਸੀ, ਉਹਨਾਂ ਦਾ ਸਿਰ ਮੜਿਆ ਸਿਰ ਮੱਥੇ। ਨੌਕਰੀ ਹੈ ਜੀ, ਨੌਕਰੀ 'ਚ ਕਾਹਦਾ ਨਖਰਾ। ਸੇਖੋਂ ਸਾਹਿਬ, ਮੈਂ ਤੁਹਾਨੂੰ 1-2 ਦਿਨਾਂ 'ਚ ਫੋਨ ਕਰਨਾ ਹੀ ਸੀ, ਚੰਗਾ ਕੀਤਾ ਜੋ ਤੁਸੀਂ ਖੁਦ ਹੀ ਆ ਗਏ। ਆ ਪਿਛਲੇ ਦਿਨੀਂ ਜੋ ਕੁਛ ਵੀ ਵਾਪਰਿਆ ਬਹੁਤ ਮਨ ਭਾਗਾ ਸੀ, ਤੁਹਾਡੇ ਲਈ ਵੀ ਅਤੇ ਫੈਡਰੇਸ਼ਨ ਲਈ ਵੀ। ਫੈਡਰੇਸ਼ਨ ਨੂੰ ਤਾਂ ਖਾਸ ਹੀ ਨਮੋਸ਼ੀ ਚੱਲਣੀ ਪਈ, ਤੁਹਾਡੀ ਜੋ ਇਸ ਅਦਾਰੇ ਨੂੰ ਅਤੇ ਬਾਕਸਿੰਗ ਨੂੰ ਦੇਣ ਹੈ ਉਸ ਨੂੰ ਤਾਂ ਸਾਰਾ ਮੁਲਕ ਜਾਣਦਾ, ਪਰ ਤੁਹਾਡੇ ਨਾਮ ਨੂੰ ਜੋ ਬੱਟਾ ਲੱਗਿਆ ਉਸ ਕਰਕੇ ਅਸੀਂ ਸਾਰੇ ਬਹੁਤ। ਮੇਰੀ ਫੈਡਰੇਸ਼ਨ ਵੱਲ ਕੁਛ ਮਹੀਨਿਆਂ ਦੀ ਤਨਖਾਹ ਬਾਕੀ ਆ, ਆਪਦੀ ਅਰਜ਼ੀ ਦੇਣ ਆਇਆ ਸੀ। ਡੋਪਿੰਗ ਸਕੈਂਡਲ ਮੇਂ ਬੇਇੱਜ਼ਤ ਹੋਏ ਬਰਿਆਮ ਸਿੰਘ ਸੇਖੋਂ ਸੇ ਬਾਕਸਿੰਗ ਫੈਡਰੇਸ਼ਨ ਨੇ ਅਸਤੀਫਾ ਲਿਆ। ਇੰਡੀਅਨ ਬਾਕਸਿੰਗ ਕੋਚ ਬਰਿਆਮ ਸਿੰਘ ਸੇਖੋਂ ਡੋਪਿੰਗ ਦੇ ਦੋਸ਼ਾਂ ਵਿੱਚ ਘਿਰੇ। ਇੱਥੋਂ ਦਾ ਨਾਂ ਕਾਮਨਵੈਲਥ ਗੇਮਸ ਦੀ ਫਾਈਨਲ ਟੀਮ ਸਿਲੈਕਸ਼ਨ ਤੋਂ ਕੁਝ ਹੀ ਪਲ ਪਹਿਲਾਂ ਇੱਕ ਸ਼ਰਮਨਾਕ ਡੋਪਿੰਗ ਸਕੈਂਡਲ ਵਿੱਚ ਸਾਹਮਣੇ ਆਇਆ। ਤੁਹਾਨੂੰ ਬਹੁਤ ਯਾਦ ਕਰਦੇ ਸਰ, ਗੇਮ ਨੂੰ ਤੁਹਾਡੀ ਲੋੜ ਹੈ।
ਗੇਮ ਨੇ ਤਾਂ ਜ਼ਿੰਦਗੀ ਦੇ ਦਿੱਤੀ। ਰੌਕੀ ਆਪਣਾ ਕੀਤਾ ਭੋਗ ਰਿਹਾ ਸਰ, ਉਹਦੇ ਹਾਲਾਤਾਂ ਲਈ ਤੁਸੀਂ ਜ਼ਿੰਮੇਵਾਰ ਨਹੀਂ। ਇਹ ਇੰਡੀਆ ਕੈਂਪ ਆ, ਤੇਰੇ ਪਿੰਡ ਦਾ ਅਖਾੜਾ ਨਹੀਂ। ਇੱਥੇ ਪਲੇਅਰ ਮੁਲਕ ਲਈ ਤੇ ਰੋਜ਼ਗਾਰ ਲਈ ਖੇਡਦੇ ਆ, ਤੂੰ ਇਸ ਕੈਂਪ ਦੇ ਲਾਇਕ ਨਹੀਂ। ਜਾ ਜਾ ਕੇ ਪਾਰਕਾਂ ਕਾਲਜਾਂ 'ਚ ਆਪਣਾ ਜੱਟਪਣਾ ਵਿਖਾ, ਦਫਾ ਹੋ ਜਾ ਇੱਥੋਂ, ਆਊਟ। ਛੱਤਾਂ ਟੈਂਦੀਆਂ ਨੇ ਪ੍ਰੀਤ, ਹਾਏ ਮੈਂ ਮਰ ਗਿਆ। ਉਹ ਖੜਜਾ ਸੜਿਆ, ਉਹ ਖੜਜਾ ਸੜਿਆ। ਰੋਕੀ ਛੱਡ, ਟੱਪ ਲੈਣ ਦੇ, ਛੱਤਾਂ ਟੈ ਗਈਆਂ ਅੰਦਰ। ਉਹ ਦਿਲਾ ਅੰਬਰ ਟੈ ਜੇ, ਤੇਰੇ ਨੀ ਝਰੀਟ ਪੈਣ ਦਿੰਦੇ। ਰੋਕੀ ਮਲਬਾ ਫੇ ਦੂਗਾ, ਹਟਦਾ ਨੀ। ਬੰਦਾ ਬਣੇ ਕੀ ਚੱਲ ਖਿਲਾਰੀ ਆ। ਉਹ ਪ੍ਰੀਤ ਲਾਡੋ ਸਾਲਾ, ਮੈਂ ਐਵੇਂ ਕਮਲ ਕੁੱਟਦਾ ਸੀ ਹੈ ਸਾਲਾ ਕੁੱਤੇ ਦਾ, ਤਰਾਹ ਕੱਢਤਾ ਮੇਰਾ ਸਾਲਿਆ, ਟਾਈਮ ਵੇਖ ਕੇ ਮਰ ਲਿਆ ਕਰ। ਤੂੰ ਯਾਰੀ ਵਾਲੇ ਵੀ ਹੱਦਾਂ ਬੰਨੇ ਟੱਪ ਗਿਆ ਰੋਕੀ। ਹੱਦਾਂ ਬੰਨੇ ਤਾਂ ਜਾਣੇ ਮੇਰੀਏ, ਤਾਂ ਟੱਪਣੇ ਸੀ। ਵੇ ਰੋਕੀ, ਵੇ ਮੈਨੂੰ ਛੱਡ ਦੇ, ਵੇ ਵੇ ਮੈਨੂੰ ਟੱਪ ਲੈਣ ਦੇ, ਸਾਡੇ ਮਹਿਲ ਮਨਾਰੇ ਟੱਪ ਗਏ ਵੇ। ਅੰਮ੍ਰਿਤ ਵੇਲੇ ਸੋਲੇ ਨਾ ਸੁਣ ਲਈ ਤੂੰ। ਨਾ ਵੀਰਾ ਨਾ, ਗਾਲ ਨਾ ਕੱਢੀ, ਲਾਗੇ ਨਾ ਬਹਿ ਮੇਰੇ ਬਹੁਤ ਰੜਕਦਾ ਤੂੰ। ਅੱਖਾਂ 'ਚ ਪਾਉਣਾ ਸਾਲੀ ਜਨਾਨੀ ਜਹੀ, ਵੇਖਾਂ ਨਖਰੇ। ਚੱਲ ਖੜਾ ਹੋ, ਰਨਿੰਗ 'ਤੇ ਚੱਲੀਏ। ਤੇਰੇ ਮਰਦੇ ਲਈ ਨਾ ਪੈਰ ਪੁੱਟਾਂ। ਵਾਹਿਗੁਰੂ। ਗੁੜੀਆ ਰੇ ਗੁੜੀਆ, ਯਾਰ ਜਾ ਯਾਰ ਸਾਲੀ ਜੋਕ ਜੀ, ਕੈਂਪ ਨਹੀਂ ਲਾਉਣਾ। ਕੈਂਪ ਤਾਂ ਮੇਰੀ ਪਿਆਰੀ ਗੁੜੀਆ ਕਦੇ ਨਿਬੜਲੇ। ਕੋਚ ਸਾਹਿਬ ਨੇ ਕੱਢਤਾ, ਕੀ ਗੱਲ ਹੋ ਗਈ? ਠਾਠਾ ਚੱਲੀ ਸੀ ਜੱਟਾ ਪਰਸੋਂ ਰਾਤੀ, ਕਿਉਂ ਚੇਤੇ ਨਹੀਂ? ਅਖੇ ਰੋਕੀ ਵੀਰੇ, ਥਾਂ ਜਮਾ ਹੀ ਬਰਾਨ ਹੈ, ਇੱਕ ਵਾਰੀ ਆ ਜਾ, ਉੱਲੂ ਬੋਲਦੇ ਨੇ। ਆ ਬੋਲ ਪਏ ਉੱਲੂ, ਅੱਧੀ ਯੂਨੀਵਰਸਿਟੀ ਗਵਾਹੀ ਭਰ ਗਈ ਮੀਡੀਆ ਮੂਹਰੇ। ਯਾਰ ਦਵਿੰਦਰ ਬਾਈ ਕਹਿੰਦਾ ਸੀ ਕਿ ਆ ਕੀ ਪੁੱਠੇ ਚਾਲੇ ਫੜੇ ਨੇ ਓਏ, ਨਾ ਇਹ ਕਿਹੋ ਜਿਹੀਆਂ ਯਾਰੀਆਂ ਨੇ। ਮੈਨੂੰ ਨਾ ਪੈ, ਨਾ ਤੈਨੂੰ ਨਾਲ ਨਾਲ ਲਈ ਫਿਰਦਾ ਸੀ ਸਾਲਾ, ਅੱਗੇ ਵੀ ਮੇਰੇ ਅੱਖੇ ਲੜਦਾ ਰਿਹਾ ਹੈ ਨਾ। ਵੇ ਡਾਡਿਆ, ਡਾਡਾ ਹੀ ਹਨੇਰੇ, ਡਾਡਾ ਹੀ ਹਨੇਰੇ। ਇੱਕ ਤਾਂ ਮੇਰੇ ਸਾਲਿਆਂ ਲਈ ਹੱਡ ਬਣਾਓ, ਉੱਤੋਂ ਮੇਰੇ ਸਾਲੇ ਤੋਂ ਤਲਾਉਂਦੇ ਨੇ। ਕਹਿਰ ਤੁੜੀ ਵੇ ਮਾਲ, ਕਹਿਰ ਤੁੜੀ। ਚੱਲ ਉੱਠੋ, ਇੱਕ ਮਿੰਟ ਲਾ ਝੁੱਟੀ ਮਾਰ। ਰੋਕੀ ਖੇੜੇ ਨਾ ਪੈ, ਆਪਦੇ ਹੋਸਟਲ ਵਗ ਜਾ,
ਅੱਖ ਪੁੱਟਦਿਆਂ ਮੈਨੂੰ ਦਿਸਣਾ ਨਹੀਂ ਚਾਹੀਦਾ। ਹਾਏ ਵੇ, ਤੇਰੀਆਂ ਹੀ ਅੜਬਾਈਆਂ ਮਾਰਦੀਆਂ ਨੇ ਚੰਦਰਿਆ, ਰਨਿੰਗ ਤਾਂ ਤੂੰ ਸਾਲਿਆ ਕਿਵੇਂ ਨਹੀਂ ਕਰੇਗਾ। ਚੱਲ ਬਈ ਪੁੱਤਰੀ, ਹੋ ਖੜਾ। ਰੋਕੀ 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 ਕੀ ਕਰ ਰਿਹਾ ਸਾਲਿਆ, ਛੱਡ ਯਾਰ। ਚੱਲ ਬਈ, ਔਰ ਪੰਤੂ ਕੁੱਤਿਆ ਤੇਰੇ, ਛੱਡ ਸਾਲਿਆ। ਹਵਾ ਤੇਜ਼ ਆ, ਕਿਤੇ ਸੱਟ ਨਲ ਵਾਲੀ। ਇਹ ਨਹੀਂ ਟਲਦਾ ਜੀ, ਇਹ ਚ ਪੂਰਾ ਡਰ ਨਹੀਂ। ਬਾਕਸਰ ਤਾਂ ਬਥੇਰੇ ਵੇਖੇ, ਆ ਹਵਾ ਚ ਮੁੱਕੇ ਵਰਾਉਣ ਵਾਲੇ ਪਹਿਲੀ ਦਫਾ ਵੇਖੇ। ਇਹਨੂੰ ਕਹਿੰਦੇ ਇਬਾਦਤ ਦੇਸੀ ਭਾਸ਼ਾ ਚ, ਕੁੱਤੇ ਖੱਸੀ ਕਰਨਾ। ਗੱਡੀਆਂ ਮਗਰ ਭੌਂਕਦੀ ਤਾਂ ਬਥੇਰੀ ਦੇਖੀ ਸੀ, ਆ ਗੱਡੀ ਵਿੱਚ ਬੈਠੀ ਭੌਂਕਦੀ ਕਤੀੜ ਪਹਿਲੀ ਦਫਾ ਦੇਖ ਰਿਹਾ। ਹੇ, ਵਾਟ ਦ ਹੈਲ। I'm seriously done with these house parties, man. Ibs, appa Delhi chaliye. Main apna late winter wardrobe bhi update karna hai, you know. So, seriously? Aa jehda hawa ch firdi hai na, zuban chhad, hath chalaune sikh. Ek assi bhi betakkar gaye, athre tan breek kut. ਪਿੰਦ ਚ ਭੋਰ ਦੇਣ। ਅੱਛਾ ਜੀ, ਕੋਈ ਹੋਰ ਸਲਾਹ? ਸੱਜਣਾ ਨੂੰ ਪਟੇ ਤੇ ਰੱਖਿਆ ਕਰ, ਹਲਕੇ ਹੋਏ ਨੇ। ਓਏ, ਹੱਥ ਕਿਵੇਂ ਲਾਇਆ? ਇਹਨੂੰ ਕਹਿੰਦੇ ਨੇ ਬਾਬਤ ਦੇਸੀ ਭਾਸ਼ਾ ਚ, ਕੁੱਤੇ ਖੱਸੀ ਕਰਨ। ਇਹਨੂੰ ਵੀ ਮੇਰੇ ਅੱਖੀ ਮਾਰਿਆ ਨਾ ਪਹਿਲਾਂ ਤੂੰ ਖੇਪੜਲਾ। ਕੋਈ ਹੋਰ ਗੁਰ ਸਿੱਖਣਾ ਤਾਂ ਦੱਸ। ਦਬੇੜਾ ਪਾਲੀ ਤੱਕ ਚੱਲੀਏ? ਮੈਂ ਕਹਿੰਦਾ ਘੁੱਟ ਘੁੱਟ ਹੋਰ ਲਾਉਣੇ ਆ, ਮੇਰੀ ਤਾਂ ਪਹਿਲਾਂ ਹੀ ਜ਼ਿਆਦਾ ਹੋ ਗਈ। ਚੱਲ ਭਾਈ ਸਾਹਿਬ, ਰੁੱਤ ਤੱਕ ਇੱਕ ਮਾਣਸ ਹੈ, ਬੋਲੂ ਕੌਣ ਸਾ ਕਮਰਾ ਉਸਕਾ? ਪਤਾ ਨਹੀਂ ਭਾਈ, 6 ਸਾਲ ਤੇ ਯਹੀ ਰਵਾ, ਫਿਰ ਵੀ ਕੋਈ ਨਹੀਂ ਜਾਣਦਾ ਉਸਨੇ। ਭਾਈ ਸਾਹਿਬ, ਰੋਤ ਤੱਕ ਇੱਕ ਮਾਣਸ ਸਾਹਿਬ, ਬੋਲੂ ਪਤਾ ਨਹੀਂ ਵੀਰੇ, ਹੈ 6 ਸਾਲ ਤੇ ਯਹੀ ਰਵਾ, ਕੋਈ ਨਹੀਂ ਜਾਣਦਾ ਉਸਨੇ। ਅਰੇ, ਰੋਤ ਤੱਕ ਇੱਕ ਬਾਲਕ ਸਾਹਿਬ, ਬੋਲੂ ਕੌਣ ਸਾ ਕਮਰਾ ਉਸਕਾ? ਹੈ 6 ਸਾਲ ਤੇ ਇਸੀ ਹੋਸਟਲ ਮੇ ਰਵਾ, ਕੋਈ ਨਹੀਂ ਜਾਣਦਾ ਉਸਨੇ। ਬੋਲੂ, ਓ ਬੋਲੂ, ਰਹਿ ਬੋਲੂ। ਅਰੇ ਬਾਬਲਾ ਹੋ ਗਿਆ, ਕੀ ਬੋਲੂ ਬੋਲੂ ਲਗਾ ਰੱਖੀ ਹੈ ਹੂੰ, ਔਰ ਕਿਤਨਾ ਲੰਕੇਸ ਕਹੂੰ। ਸਤਿ ਸ਼੍ਰੀ ਅਕਾਲ ਬਾਈ ਜੀ,
ਰਾਜਦੀਪ ਸਿੰਘ ਧਾਲੀਵਾਲ, ਸੁਣਿਆ ਸਾਡੇ ਧੜੇ ਦਾ ਬਾਈ ਤੂੰ ਮੋਰੀ ਬਣ ਗਿਆ। ਕਰਿੰਦੇ ਵੀ ਬਾਈ ਹੁਣ ਉੱਚਾ ਝਾਕਦੇ ਨੇ, ਇਹ ਭਾਲਦੇ ਨੇ ਰਾਤੋ ਰਾਤ ਲੀਡਰੀ। ਇਹ ਠੀਕ ਹੈ ਯਾਰ, ਵੈਰ ਅਸੀਂ ਕਮਾਉਂਦੇ ਨਿਭਾਉਂਦੇ ਮਰਜ਼ੀ ਹੈ, ਸੁਰੱਖਿਆ 'ਚ ਸਾਲਾ ਤੇਰਾ ਹੀ ਨਾਂ ਬੋਲਦਾ। ਐਂ ਖੱਚਾ ਮਾਰ ਮਾਰ ਤਾਂ ਨਹੀਂ ਆਉਂਦਾ ਤੂੰ ਸੁਰੱਖੀਆਂ 'ਚ? ਨੀਤ ਮੁਰਾਦ ਦਾ ਹੀਲਾ ਸੁਣ, ਆ ਦੰਦ ਕੱਢਣ ਨੂੰ ਜਿਹੜੇ ਲੱਕੜ ਬੱਗੇ ਰੱਖੇ ਨੇ ਨਾ, ਇਹਨਾਂ ਨੂੰ ਬਾਜ਼ਾਰੀ ਵੇਚ ਵੱਟ ਅਤੇ ਤਿੰਨ ਚਾਰ ਟੀਕੇ ਭਰਾ ਲਿਆ, ਅੱਡਾਂ 'ਚ ਪਾਣੀ ਪੈ ਗਿਆ ਤੇਰੇ। ਨਾਲੇ ਜੇ ਜੁਰਤ ਵੀ ਬਾਜ਼ਾਰੀ ਵਿਕਦੀ ਹੋਵੇ ਨਾ, ਸੌਦਾ ਚੱਕ ਲਈ, ਪੈਸੇ ਮੈਂ ਲਾਊਂ ਪੱਲਿਓਂ। ਬਹੁਤਾ ਨਾ ਤਿੜ ਪੁੱਤ, ਫੈਰ ਤਾਂ ਰਾਜੇ ਮੈਂ ਹੀ ਕੱਢਿਆ ਸੀ। ਫੈਰ ਰਾਜੇ ਤੇਰੇ ਅਰਗੇ ਲਿਫਾਫੇ ਹੀ ਕੱਢਦੇ ਨੇ ਸਾਲਾ, ਟੀਕਿਆਂ ਅਤੇ ਅੰਡਰ 19 ਦੇ ਜਵਾਕ ਹਰਾਉਣਾ, ਚੁਰੀਆਂ ਖੇਡਦੀਆਂ ਤੇਰੇ। ਤੂੰ ਗੇਮ ਛੱਡ, ਫੈਰ ਕੱਢ ਜਿੰਨੇ ਕੱਢ ਹੁੰਦੇ ਨੇ, ਗਾਹਾਂ ਨੂੰ ਤੇਰਾ ਕੰਮ ਪੁੱਤ ਔਖਾ ਹੀ ਹੋਣਾ। ਕਰ ਲਾ ਚੌੜ ਡਾਰਲਿੰਗ, 8 ਸਾਲ ਪੁਰਾਣੀ ਯਾਰੀ ਆ, ਜੀ ਸਦਕੇ ਕਰ, ਤੈਨੂੰ ਮਾਫ ਆ। ਤੂੰ ਦੱਸ ਸੋਹਣਿਆ, ਕਿਵੇਂ ਲੰਘ ਦੇਣਾ ਦੇਣਾ? ਬਸ ਬਾਈ ਸੋਹਣੇ ਲੰਘਦੇ। ਸ਼ਾਮੀ ਆ ਜੀ ਸਾਡੇ ਵੱਲ, ਗੱਪ ਸ਼ੱਪ ਮਾਰਾਂਗੇ। ਤੇਰੀਆਂ ਉਰਲੀਆਂ ਪਰਲੀਆਂ ਨੂੰ ਵਿਹਲਾ ਨਹੀਂ ਇਹ। ਕੋਈ ਨਾ ਬਾਈ, ਮੈਂ ਆਉਣਾ ਸ਼ਾਮੀ ਪੱਕਾ। ਕਿਉਂ ਸਾਲੀਆਂ ਝੂਠਾਂ ਨਾਲ ਚੱਖ ਮਾਰਦਾ? ਰੋਕੇ ਹਿਸਾਬ ਨਾਲ ਰਿਹਾ ਕਰ, ਸਾਂਝ ਪੁਰਾਣੀ ਇਹਨਾਂ ਨਾਲ ਆਪਣੀ। ਮੇਰੀ ਇੱਜ਼ਤ ਹੈ ਕੋਈ ਇੱਧਰ? ਪੈਣ ਦੇ ਸਾਲੇ ਦੇ, ਐਵੇਂ ਚਾਵਲਿਆ ਫਿਰਦਾ ਸੀ। ਭੋਲੂ ਰੇ ਭੋਲੂ, ਅਰੇ ਨਜ਼ਰੇ ਕਿਉਂ ਚੁਰਾ ਰਿਹਾ ਸੇ? ਮਾਂ ਬਾਪ ਤੋਂ ਸੁਣ ਕੇ ਜਾ, ਹੈ ਮਰ ਜਾਣਾ ਯਾਰ। ਦੋ ਤਾਂ ਤੂੰ ਰਖੜੇ ਖਾਧੇ ਨੇ, ਖਿੱਡੀ ਕੁ ਗੱਲ ਆ, ਰਿੰਗ ਚ ਵੀ ਤਾਂ ਸਾਰਾ ਦਿਨ ਚਾਮੇ ਕਟਾਉਣਾ। ਅਰੇ ਤਾਊ ਕੇ ਛੋਰੇ ਥੇ, ਕੋਈ ਔਰ ਹੋਤਾ ਤੋ ਬੀਚ ਮੇਂ ਤੇ ਨਾ ਪਾੜ ਦੇਤਾ। ਰਤਾ ਪਰ ਮੇਰਾ ਵੀਰ, ਰਤਾ ਪਰ ਤਾਂ ਸ਼ਰਮ ਮੰਨ ਲੈ ਯਾਰ, ਸੱਜਰੇ ਤੂੰ ਲਫੇੜੇ ਖਾ ਕੇ ਹਟਿਆ। ਨਹੀਂ ਕਿਆ ਕਹਤੇ ਥੇ ਤਾਊ ਕੇ ਲੜਕੇ? ਅਰੇ ਵੈਸੇ ਹੀ ਕਹਿ ਰਹੇ ਥੇ, ਤਾਊ ਕੇ ਬੜੇ ਲੜਕੇ ਕੀ ਬੈਠਿੰਗ ਹੈ ਨਾ, ਮਨੇ ਕਹਿਣ ਲੱਗੇ ਚੱਲ ਮੈਂ ਕਹਿਣ ਪੈ ਟ੍ਰੇਨਿੰਗ ਛੋੜ ਕੇ ਸਾਦੀ ਉਮੇ ਨਾਚਦਾ ਫਿਰ ਮੈਂ। ਸਾਲਾ ਹੱਡ ਹਰਾਮ ਹੋਇਆ, ਦੁੱਕੀ ਦਾ ਚੱਲਿਆ ਤੂੰ ਬੋਕਸਰ ਨੀ, ਸਰਕਾਰ ਦੇ ਪੈਸਿਆਂ ਦਾ ਫਰੂਟ ਚੜਦਾ, ਆਥਣੇ ਤੂੰ ਤਾਸ਼ ਕੁੱਟਦਾ, ਉਹ ਤੇਰੀ ਕਾਹਦੀ ਟ੍ਰੇਨਿੰਗ ਹੋਏ? ਵਿਆਹ ਦੇ ਕੰਮਾਂ ਤੋਂ ਜੱਕਦਾ ਸਾਲਾ। ਓ ਰਿੰਪੀ, ਹਾਂਜੀ, ਲੀੜੇ ਲੱਤੇ ਬੰਨੋ ਓਏ, ਦਈਏ ਦੇ ਘਰ ਦਾ ਵਿਆਹ ਦਿਖਾ ਕੇ ਲਿਆਈਏ ਤੁਹਾਨੂੰ, ਖੜਾਓ। ਚਲੋ ਬਾਈ। ਅਰੇ ਓ ਕੀ ਬਾਜ਼ਾਰ ਰੱਖਿਆ ਆਇਓ? ਅਰੇ ਉਹ ਬਾਜ਼ਾਰ ਦੇ ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਦੇਸੀ ਕਰੂ, ਦੇਸੀ ਕਰੂ। ਉੱਠੇਂਗੇ ਹੱਦ ਪੂਰੇ ਗੁੱਡੇ ਉੱਠੇਂਗੇ
ਬੋਤਲ ਕੇ ਢੱਕਣ ਟੁੱਟੇਂਗੇ ਅੱਜ ਪੂਰੇ ਗੁੰਡੇ ਉੱਠੇਂਗੇ ਕੋਈ ਬੀਚ ਮੇ ਆਇਓ ਨਾ ਕੋਈ ਬੀਚ ਮੇ ਆਇਓ ਨਾ ਅੱਜ ਸਾਰੇ ਕਾਨੂੰਨ ਟੁੱਟੇਂਗੇ ਮੇਰੇ ਯਾਰ ਕੀ ਵੈਡਿੰਗ ਹੈ 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 ਰੰਗ ਜਮਾਵਾਂਗੇ ਅੱਜ ਕੁਝ ਕਾਡਰ ਵੀ ਕੋਈ ਨਾ ਪੀਵਾਂ ਖਾਵਾਂਗੇ ਅੱਜ ਖੁਸ਼ੀ ਕਾ ਦਿਨ ਹੈ ਆਇਆ ਰੰਗ ਜਮਾਵਾਂਗੇ ਅੱਜ ਕੁਝ ਕਾਡਰ ਵੀ ਕੋਈ ਨਾ ਪੀਵਾਂ ਖਾਵਾਂਗੇ ਅਰ ਬਿਨ ਪਾਣੀ ਕੇ ਘੁੱਟੇਂਗੇ ਅਰ ਪੂਰੇ ਆਨੰਦ ਲੁੱਟੇਂਗੇ ਕੋਈ ਬੀਚ ਮੇ ਆਇਓ ਨਾ ਕੋਈ ਬੀਚ ਮੇ ਆਇਓ ਨਾ ਅੱਜ ਸਾਰੇ ਕਾਨੂੰਨ ਟੁੱਟੇਂਗੇ ਮੇਰੇ ਯਾਰ ਕੀ ਵੈਡਿੰਗ ਹੈ 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 ਸਭ ਨੇ ਬੜਾ ਲੱਗ ਗਿਆ ਅੱਜ ਬਾਬਰ ਮਾਰੀ ਕਾ ਭਾਈ ਮਾਰਾ ਹੋਲੀਆ ਅੱਜ ਬਾਬੀ ਪਿਆਰੀ ਕਾ ਖੂਬ ਮਜੇ ਹਮ ਲੁੱਟੇਂਗੇ ਅੱਜ ਘਣੇ ਕਮਾਥੇ ਫੁੱਟੇਂਗੇ ਕੋਈ ਬੀਚ ਮੇ ਆਇਓ ਨਾ ਕੋਈ ਬੀਚ ਮੇ ਆਇਓ ਨਾ ਅੱਜ ਸਾਰੇ ਕਾਨੂੰਨ ਟੁੱਟੇਂਗੇ ਮੇਰੇ ਯਾਰ ਕੀ ਵੈਡਿੰਗ ਹੈ 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 ਤਾਪ ਘਣਾ ਤਾਪ ਦੇਵੀ ਮਾਤਾ ਦੀ ਕਸਮ ਟੁੱਟ ਗਈ ਰੇ ਭਾਈਓ ਕੀ ਤਰ੍ਹਾਂ ਰਾਖਿਆ ਤੁਝੇ ਰੋਕੀ ਔਰ ਤੈਨੇ ਸਕੰਜੀ ਕਹਿ ਕੇ ਭਰ ਭਰ ਕੇ ਸ਼ਰਾਬ ਪਿਲਾ ਦੀ ਰੇ ਅਰੇ ਮਾਂ ਮਾਂ ਬੁਲਾ ਰਹੀ ਹੈ ਅਰੇ ਪ੍ਰੀਤ ਓ ਪ੍ਰੀਤ ਮੇਰਾ ਬੀਪੀ ਬੈਠਿਆ ਭਾਈ ਬੀਪੀ ਜਾ ਰਿਹਾ ਪਕੜ ਲਓ ਰਿੰਪੀ ਗਾਡੀ ਕਾਰ ਭਾਈ ਕੋ ਗੁਲਕੋ ਚੜਾ ਲਿਓ ਕੇਲਾ ਲੈ ਲਾ ਕੇਲਾ ਬਾਈ ਬਣ ਕੇ ਕਾਟ ਕੇ ਦੇ ਦੇਣਾ ਯਾਰ ਲੂਣ ਮਿਰਚ ਕਿੱਟ ਬੈਗ ਮੈਂ ਧਰਿਆ ਰੋਕੀ ਫੋਨ ਚੱਕ ਲੈ ਯਾਰ ਅਰੇ ਕੂਣ ਜ਼ੁਲਮੀ ਸੁਬਹ ਸੁਬਹ ਰਾਮੇ ਕੋ ਫੋਨ ਮਿਲਾ ਰਿਹਾ ਅਰੇ ਕੂਣ ਸਾ ਹੈ ਦੇਖੀਏ ਸਤਿ ਸ਼੍ਰੀ ਅਕਾਲ ਸਰ ਰੋਕੀ ਕਿੱਥੇ ਆ ਇੱਥੇ ਆ ਜੀ ਸਰ ਬਸ ਬਾਹਰ ਗਿਆ ਜੀ ਉਹਨੂੰ ਕਹੀ ਜੇ ਇੰਡੀਆ ਖੇਡਣ ਦਾ ਫਿਤੂਰ ਲੈ ਗਿਆ ਤਾਂ ਕਮਰਾ ਵੇਲਾ ਕਰ ਦੇ ਉਹਦੀ ਐਸ਼ ਪ੍ਰਸਤੀ ਵਾਸਤੇ ਨਹੀਂ ਸਰਕਾਰੀ ਵਸੀਲੇ ਜੀ ਸਰ ਰੋਕੀ ਕਿੱਥੇ ਆ
ਕੋਸਾ ਬੋ ਵਿਆਹ ਵਾਲੇ ਕਰੇ ਨਾ ਜੀ, ਕੰਧਾਂ 'ਤੇ ਕੱਚ ਜੜਿਆ ਸੀ ਜੀ। ਕਲੀਨਿਕ 'ਚ ਜਾ ਕੇ ਟਾਂਕੇ ਲਵਾ ਲੈ। ਹਾਂਜੀ ਸਰ। ਤੇਰੀ ਭਾਬੀ ਫਿਕਰ ਕਰਦੀ ਆ, ਕਦੇ ਕਦਾਈ ਮਿਲ ਲਿਆ ਕਰ, ਨਾਲੇ ਤਿਆਰ ਹੋ ਕੇ ਹੇਠਾਂ ਆ ਜਾ, ਯੂਥ ਪਾਰਟੀ ਵਾਲੇ ਡੀਕਦੇ ਨੇ। ਚਿੱਟੇ ਪਾਏ ਫੱਬਦੇ ਆ ਬਾਈ ਤੇਰੇ, ਮੁੱਛ ਵੀ ਅਸ਼ਕੇ ਖੜੀ ਹੈ। ਜਦ ਮੇਲਿਆਂ 'ਚ ਲਗੌੜ ਮੂਹਰੇ ਪੁੱਕਦਾ, ਕੇਰਾਂ ਤਾਂ ਪਾਵਰ ਦਾ ਭੁਲੇਖਾ ਪੈਂਦਾ ਹੋਣਾ। ਮੈਂ ਸਿਆਸਤ ਲੜਦਾ, ਏ ਸੀ ਕਮਰਿਆਂ 'ਚ ਬੈਠਾ ਚੁਰਦਾ ਨਹੀਂ। ਉਹਨੇ ਚਿਹਰਾ ਤੇਰਾ ਤੇ ਹਿਰਦਾ ਮੇਰਾ ਪਾੜਿਆ, ਪਰ ਅਜੇ ਕਾਕਾ ਜੀ ਅਸੀਂ ਆਪਾਂ ਨਹੀਂ ਖੋਣਾ। ਅਜੇ ਨਜ਼ਰੀ ਚੜ੍ਹਦਿਆਂ ਨੂੰ ਚੜ ਲੈਣ ਦੇ, ਕੈਮਰਿਆਂ ਦੇ ਚਮਕਾਰਿਆਂ 'ਚ ਸ਼ਿਕਾਰ ਨਹੀਂ ਖੇਡੀ ਦੇ। ਮੌਕੇ ਸਿਰ, ਮੌਕੇ ਸਿਰ ਉਹਦੀਆਂ ਚੜ੍ਹਤਾਂ ਨੂੰ ਮੈਂ ਆਪ ਠੱਲ ਪਾਵਾਂਗਾ। ਤਿਆਰ ਹੋ ਕੇ ਹੇਠਾਂ ਆ ਜਾ, ਯੂਥ ਪਾਰਟੀ ਵਾਲੇ ਡੀਕਦੇ ਆ। ਸੀਰਤ ਸਾਰੇ ਅੱਖਾਂ ਪਾੜ ਪਾੜ ਵੇਂਦੇ ਨੇ। ਭਲਾ ਪੜਖਾਂ ਅੱਖੀਆਂ ਚੋਂ ਕੀ ਕਹਿੰਦੇ ਨੇ? ਖੜਤਾ ਸਹੀ, ਕਿਵੇਂ ਜਾਨ ਨਿਕਲਦੀ ਆ? ਮੈਂ ਤੈਨੂੰ ਦਿਲ ਦੀ ਦੱਸਦਾ ਤੇ ਤੂੰ ਭਾਰਾਂ ਤੇ ਪੈਂਦੀ ਐ। ਭਾਰਾਂ ਤੇ ਨਹੀਂ ਪੈਂਦੀ ਅੜਿਆ, ਤੇਰੀਆਂ ਗੱਲਾਂ ਪਿਆਰੀਆਂ ਲੱਗਦੀਆਂ ਨੇ। ਨਾ ਤੈਨੂੰ ਤੇਰੇ ਯਾਰਾਂ ਨੇ ਕੁੜੀਆਂ ਨਾਲ ਗੱਲ ਕਰਨ ਦੀ ਜਾਂਚ ਨਹੀਂ ਸਿਖਾਈ? ਜਾਂਚ ਤਾਂ ਬੁੱਜੜਾਂ ਨੂੰ ਕੱਲੇ ਰੱਫੜ ਪਾਉਂਦੀ ਆ। ਚੱਲ ਤੈਨੂੰ ਮੈਂ ਸਿਖਾਉਂਦੀ ਆ, ਪਰ ਮੇਰਾ ਦੇਣਾ ਨਾ ਭੁੱਲੀ, ਚੰਗਾ? ਮੰਨ ਲੈ, ਇੱਕ ਬਹੁਤੀ ਸੋਹਣੀ ਪਿਆਰੀ ਜਿਹੀ ਕੁੜੀ ਆਪਣੇ ਰੰਗ ਰੂਪ 'ਤੇ ਤੇਰੇ ਵਿਚਾਰ ਪੁੱਛਦੀ ਆ, ਅਤੇ ਤੂੰ ਨਾ ਹਲਕੀ ਜਿਹੀਆਂ ਅੱਖਾਂ ਵਿੱਚ ਕਹੀਂ, ਸੀਰਤ ਤੇਰੇ ਚਿਹਰੇ ਤੋਂ ਤਾਂ ਨਜ਼ਰਾਂ ਨਹੀਂ ਲੈਂਦੀਆਂ, ਕੋਈ ਮਰਦਾ ਵੀ ਤੈਨੂੰ ਕਿਵੇਂ ਗੜ ਲਾਵੇ। ਹਾਏ, ਨਾ ਹੋਰ ਨਾ ਕੁਝ, ਜਵਾਬ ਮੇਰੀਆਂ ਅੱਖਾਂ 'ਚੋਂ ਪੜ ਲੈ, ਕਿਤੇ ਕੈਂਟ ਆ। ਹੁਣ ਨਾ ਮੈਂ ਸੱਚੀਓ ਮੰਨ ਗਈ, ਤੇਰੇ ਕੋਲ ਗੁਜਹੇ ਦੀ ਨਾ ਕੋਈ ਫਰੈਂਡ ਨਹੀਂ ਰਹੀ ਹੋਣੀ ਆ। ਘੁੱਗੀਆਂ ਕਬੂਤਰਾਂ ਕੇ ਬੀਚ ਮਾਂ ਬੈਠਾ ਲਾਡਲਾ ਮੋਰੇ। ਪਰਮਾ ਦੇ ਲਪੇਟੇ 'ਚ ਨਾ ਦਿਲ ਤੇ ਕਿਤੇ ਸੱਟ ਨਾ ਮਰਾ ਲਈ। ਅੱਜ ਜਿਹਨੂੰ ਤੂੰ ਘੁੱਗੂ ਜਾ ਕਹਿੰਦੀ ਆ ਨਾ, ਸਪੋਰਟਸ ਵਾਲੀਆਂ ਦਿਲ ਹਾਰਦੀਆਂ ਉਹ ਤੋਂ। ਉਹ ਤਾਂ ਯਾਰ ਹੋਣੀ ਬੇਪਰਵਾਹ ਨੇ। ਉਹ ਦੇਖੀ ਮੋੜ ਜੇ ਇਹਨੂੰ, ਆਹ ਕੀ ਆਈਟਮ ਆ? ਚੱਲੀਏ, ਮੈਨੂੰ ਲੇਟ ਹੋਈ ਜਾਂਦਾ, ਚਾਹ ਮੁੱਕੀ ਤੇਰੀ। ਉਹ ਬਹਿਣ ਤਾਂ ਸਹੀ, ਖੰਭ ਛਾਂਗੀਏ ਪਹਿਲਾਂ ਪਾਉਂਦੇ ਦੇ। ਪ੍ਰੀਤ, ਉਹ ਪ੍ਰੀਤ ਵੇ, ਕੌਣ ਆ ਤੂੰ? ਭੈੜੋ, ਛੱਡ ਦੇ, ਛੱਡ ਭੈੜੋ। ਉਹ ਮੂੰਹ ਅੱਡੇ ਹੋ, ਕੋਈ ਤਾਂ ਛੜਾ ਲਓ, ਗਰੀਬ ਮਾਰ ਦੇਣਗੇ। ਨਾ ਹੁਣ ਨਾ ਆਇਓ ਮੂਰੇ, ਉਂਜ ਪੌਣਾ ਪੰਜਾਬ ਵਿਹਲੀ ਅਖਵਾਉਂਦਾ। ਛੱਡ, ਜਾਓ। ਹੈਲੋ, ਸਦਰ ਥਾਣਾ ਪੁਲਿਸ ਚੌਕੀ, ਮੈਂ ਯੂਨੀਵਰਸਿਟੀ ਚੋਂ ਬੋਲਦੀ ਹਾਂ। ਖੜ ਜਾ ਕਮਲੀਏ, ਹਲੇ ਤਾਂ ਪੁਰਾਣੀਆਂ ਦਿੱਤੀਆਂ ਗਵਾਹੀਆਂ ਨਹੀਂ ਲੋਟ ਆਈਆਂ। ਮੋੜ ਮੇਰਾ ਫੋਨ, ਉਹ ਮੂੰਹ ਅੱਡਿਓ।
ਘੱਟੋ ਘੱਟ ਪੁਲਿਸ ਨੂੰ ਹੀ ਫੋਨ ਕਰ ਦੋ ਕਿ ਮਰ ਗਈ ਤੁਹਾਡੀ ਗੈਰਤ। ਓ ਬਾਈ ਯਾਰ ਤੁਸੀਂ ਆਪਣੀ ਚਾਹ ਕਾਫੀ ਨਬੇੜੋ, ਭੈਣ ਤਾਂ ਐਵੇਂ ਵਾ ਤਵਾ ਬੋਲਦੀ ਆ। ਦੇਖ ਕੁੜੀਏ ਮੈਂ ਤੈਨੂੰ ਛੱਡ ਦੂੰ ਪਰ ਰਾਟ ਨਾ ਪਈ, ਪ੍ਰੀਤ ਕਮਲੀਏ ਭਾਈ ਆ ਮੇਰਾ। ਥੈਂਕ ਯੂ। ਓ ਮਾਰਦੀ ਓਏ ਮਾਰਦੀ ਕੁੜੀ ਬਦਮਾਸ਼ ਓ ਬਾਈ ਯਾਰ ਮਿੰਤਾ ਇਹਦੀਆਂ ਮਾਰਦੀ। ਦੀਦੀ ਨਾ, ਦੀਦੀ ਨਾ, ਪਲੀਜ਼ ਰੋਲਾ ਨਾ ਕਰ, ਪੁਲਿਸ ਆ ਜਾਏਗੀ। ਹੋਰ ਨਾ ਚਲੇ ਤੂੰ, ਪੁਲਿਸ ਆ ਜਾਏਗੀ, ਰੋਲਾ ਨਾ ਕਰ। ਦੇਖ ਗਾਓ ਮੈਂ ਸੂਖਾ ਪੜ ਰਿਹਾ, ਘਰ ਬਰਬਾਦ ਹੋ ਗਏ, ਫਲ ਫਰੂਟ ਕੁਛ ਵੀ ਖਾਣੇ ਕੋ ਨਹੀਂ ਬਚਾ, ਭਾਈ ਭਤੀਜੇ ਸਭ ਭੁੱਖ ਸੇ ਰੋ ਰਹੇ ਹੈ, ਸਾਰੀ ਫਸਲੇ ਬਰਬਾਦ ਹੋ ਗਈ, ਸਾਰੇ ਪਸ਼ੂ ਮਰ ਗਏ। ਝੂਠ ਨਹੀਂ ਬੋਲ ਰਿਹਾ, ਆਖ ਮੈਂ ਆਸੂ ਵੀ ਆਣੇ ਵਾਲਾ ਹੀ ਹੈ। ਸਾਲਾ ਕੋਈ ਥੋ ਟਿਕਾਣਾ ਨਹੀਂ ਵੇਖਦਾ, ਜਿੱਥੇ ਜੀ ਕਰਦਾ ਫੈਲ ਜਾਂਦਾ। ਮੈਂ ਕਰਦਾ ਤੱਕੜ ਸ਼ਾਈ ਵੱਡੇ ਫੁਕਰੇ ਦੀ, ਫੁਕਰੇ ਦੀ ਕੱਢ, ਫੁਕਰੇ ਦੀ ਕੱਢ, ਸਾਲਾ ਸਾਲਾ ਫੁਕਰਾ, ਮੈਂ ਕੱਢਦਾ ਤੱਕੜ ਸ਼ਾਈ ਤੇਰੀ। ਖੜ ਸਾਲਾ, ਉਹ ਹਟਦਾ ਨਹੀਂ ਸਾਲਾ। ਉਹ ਤੇਰੀ ਰੇਲਵੇ ਦੀ ਨੌਕਰੀ ਲੱਗ ਗਈ ਬਿੱਜੂਆ, ਉਹ ਪ੍ਰੀਤ ਤੇਰੀ ਰੇਲਵੇ ਦੀ ਨੌਕਰੀ ਲੱਗ ਗਈ, ਹੁਣੇ ਡਾਇਰੈਕਟਰ ਸਾਹਿਬ ਦੇ ਆਫਿਸ ਤੋਂ ਆ ਰਿਹਾ, ਉਹ ਕਿੱਲ ਕੱਢਤਾ ਤੈਂਦਲਾ। Can I have one cappuccino at my table, please? Yes, ma'am. Apna apne beer di vi vekri hai? Nahi sir, assi ta cha coffee serve karde hain ji. Ho teriyan cha coffee naal kithe sarda raje, gaak ta tere beer wale ne bhai. Can I have one more cake that's a sorry at the table? ਮੈਂ ਆ ਗਿਆ ਨਾ ਮੋਰਨੀ ਨਹੀਂ ਕੇਕ ਨੂੰ ਠੁੰਗਾ ਮਾਰਨੀਆ। ਉਹ ਪੱਟੂ ਫਲ ਫਰੂਟ ਦਾ ਸ਼ੌਂਕੀ ਆ, ਸ਼ੁੱਕਰਵਾਰ ਮੰਡੀ ਗੇੜਾ ਰੱਖਦਾ ਥੋਕ ਚ ਕੇਲੇ ਕੂਲੇ ਖਰੀਦਣ ਨੂੰ। ਹਾਂ ਉਹੀ ਨੀ, ਅੱਜ ਬੜਾ ਲਸ ਲਸ ਕਰਦੀ। ਉਹ ਘਰੇ ਦੱਸਦਾ? ਨਹੀਂ ਯਾਰ, ਰਾਤ ਗੱਲ ਕਰਾਂਗਾ। ਬੜਾ ਯਾਰ ਨਿਰਮੋਹ ਹੈ, ਘਰੇ ਮਸਾਂ ਖੁਸ਼ੀਆਂ ਆਈਆਂ ਨੇ, ਭੈਣ ਹੋਰਾਂ ਨੂੰ ਕਿੰਨਾ ਚਾਅ ਹੋਣਾ ਵੀਰੇ ਦੀ ਨੌਕਰੀ ਲੱਗੇ ਦਾ। ਚੱਲ ਮੈਂ ਫਿਰ ਕਰ ਗੱਲ ਕਰਕੇ ਆਉਣਾ। ਹਾਂ ਤੂੰ ਚੱਲ, ਅਸੀਂ ਵੇਟ ਕਰਦੇ ਹਾਂ, ਖੇਕ ਸ਼ੈਲ ਤੂੰ ਹੀ ਕੱਟਣਾ। ਆ ਕੁੜੀ ਕੌਣ ਹੈ? ਕੌਣ? ਆ ਲਸ ਲਸ ਕਰਦੀ ਆ ਜਿਹੜੀ। ਫਰੈਂਡ ਸੀ ਆਪਣੀ। ਆਪਣੀ? ਆਹੋ ਪ੍ਰੀਤ ਦੀ। ਫਰੈਂਡ ਕਿਵੇਂ? ਫਰੈਂਡ ਕਿਵੇਂ ਹੁੰਦੇ ਨੇ, ਆ ਜਾਵੇ ਆਪਾਂ ਚਾਹ ਕੌਫੀ ਨੂੰ। ਪਰ ਇਹ ਤਾਂ ਅਰਬਨ ਆ। ਗੱਲ ਸੁਣ, ਆ ਫੂਫਾਲੀਆਂ ਨੂੰ ਨਾ ਪਿੰਡਾਂ ਵਾਲੇ ਰਾਸ ਆਉਂਦੇ ਨੇ, ਨਾਲੇ ਆਹ ਤਾਂ ਪ੍ਰੀਤ ਦੇ ਮੂੰਹ ਨੇ ਮੁਟਿਆਰ ਕਰਤੀ, ਪਹਿਲਾਂ ਜਮਾਂ ਫਿੱਕੀ ਸੀ, ਨਾਲਾ ਮੂੰਹ ਨਾ ਮੱਥਾ। ਤੂੰ ਨਾ ਜਾਣ ਦੇ, ਤੂੰ ਐਵੇਂ ਗੱਲਾਂ ਚ ਵਲੇਟਦਾ। ਫਿਰ ਪੁੱਛਦੀ ਕਾ ਤੂੰ? ਸਰ ਇਹ ਮੈਮ ਨੇ ਤੁਹਾਡੇ ਲਈ ਭੇਜਿਆ ਜੀ। ਸੌਰੀ ਕਾਹਦੀ ਮੰਗਦੀ ਆ ਰੌਕੀ? ਬੋਲਦਾ ਨੀ, ਦੱਸ ਦੇ ਹੁਣ। ਅੱਛਾ ਸੌਰੀ, ਤੇਰੀ ਗੱਲ ਦਾ ਯਕੀਨ ਨਹੀਂ ਕੀਤਾ। ਰੌਕੀ ਰੌਕੀ ਟਾਈਮ ਨਾ ਟਪਾਈ ਜਾ, ਮੈਨੂੰ ਵੱਟ ਚੜਦਾ ਹੁਣ। ਗੱਲ ਸੁਣ ਕੁੜੀਏ, ਪ੍ਰੀਤ ਹੈ ਆਪਣਾ ਭੋਲਾ, ਇਹ ਚ ਕੋਈ ਵਿੰਗ ਵਲ ਨਹੀਂ, ਤੂੰ ਪੁੱਛਦੀ ਆ ਤਾਂ ਦੱਸਦਾ। ਆ ਕੁੜੀ ਤੇ ਪ੍ਰੀਤ ਦੋ ਚਾਰ ਮਹੀਨੇ ਇਕੱਠੇ ਸੀ,
ਬਈ ਇਹਨਾਂ ਦੀ ਨਿਭੀ ਵੀ ਸੋਹਣੀ। ਪਰ ਫੇਰ ਹੋ ਗਿਆ ਸਾਡਾ ਪ੍ਰੀਤ ਕਿਸੇ ਹੋਰ ਕੰਨੀ। ਹੁਣ ਪ੍ਰੀਤ ਹੈ ਆਪਣਾ ਸੱਚਾ, ਪ੍ਰੀਤ ਨੇ ਆਪਣੇ ਕਰਤੇ ਪੱਤੇ ਸ਼ੋ, ਪੱਤੇ ਸੀ ਗੱਡਵੇਂ। ਹੁਣ ਤੂੰ ਦੱਸ, ਕਦੇ ਚਿੜੀ ਦੀ ਦੁੱਕੀ ਨੇ ਹੁਸਨ ਤੇਰਾ ਪੜਾ ਹੋਵੇ, ਹੁਕਮ ਦੀ ਬੇਗੀ ਤੋਂ ਦਾ ਲਿਆ? ਇਹ ਤਾਂ ਵਿਚਾਰੀ ਅਧੀਨਗੀ ਦੇ ਝੋਰੇ ਨੇ ਮਾਰ ਲਈ। ਆਹ ਦੇਖ ਲਾ ਟੁੱਟਿਆਂ ਦਿਲਾਂ ਦੇ ਹੱਥ ਕੰਡੇ, ਉਹ ਕਦੇ ਕੇਕ ਪੈਟੀਆਂ ਨਾਲ ਵੀ ਜਿੱਤ ਹੋਏ ਨੇ ਪਿਆਰ। ਲੈ ਜਾ ਲੈ ਜਾ, ਬੋਧੇ ਪੁੱਟਦੇ ਸੌਂਕਣ ਦੇ, ਇਹਨੇ ਐ ਨਹੀਂ ਟਲਣਾ। ਗੱਲ ਸੁਣ ਲੈ ਤੂੰ, ਨਾਲੇ ਲੜ ਬੰਨ ਲੈ। ਇਹ ਤੇਰੇ ਤੰਤਰ ਮੰਤਰ ਜੇ ਨਾ ਇਹ ਨਹੀਂ ਚੱਲਣੇ, ਮੁੜ ਕੇ ਜੇ ਚਾਲੇ ਚੱਲੇ ਨਾ ਜੁੱਤੀ ਬੋਵਰ ਆਉਂ, ਪਿੰਡਾਂ ਵਾਲੀ ਨਾ ਜਾਣੀ। ਰੋਕੀ ਬਹੁਤ ਕੁੱਤੇ ਦਾ ਵੱਡਿਆਂ ਤੂੰ, ਕੀ ਹੋ ਗਿਆ ਵੀਰੇ? ਪਿਓ ਦਾ ਨਾਂ ਆਖੀ ਜੇ ਬੁੱਕਰ ਨਾ ਲਾਇਆ ਤਾਂ। ਓ ਪ੍ਰੀਤ ਯਾਰ, ਮੈਂ ਤਾਂ ਕਮਲ ਕੁੱਟਦਾ ਸੀ। ਓ ਪ੍ਰੀਤ, ਓ ਦਿਲਾ, ਓ ਯਾਰ, ਓਏ ਯਾਰ, ਸਾਲੇ ਦੀ ਮੇਰੀ ਫਾਈਨਲ ਅਸਾਈਨਮੈਂਟ ਸੀ, ਤੂੰ ਕੀ ਕਿਹਾ ਉਸ ਪਾਗਲ ਨੂੰ? ਬਾਲਾ ਸਿਰ ਤੇ ਨਾ ਚੜ, ਕੋਈ ਮਸਲਾ? ਉਹ ਬਕਵਾਸ ਕੀ ਕਰਕੇ ਗਈ ਹੈ, ਤੂੰ ਕੀ ਕਿਹਾ ਮੇਰੇ ਬਾਰੇ? ਗੱਲ ਸੁਣ, ਤੈਨੂੰ ਮੈਂ ਜਾਣਦਾ ਨੀ, ਉਹਨੂੰ ਮੈਂ ਅੱਜ ਮਿਲਿਆ, ਆਪਦੀ ਆਪ ਨਵੇੜੋ। ਤੂੰ ਬਹੁਤ ਸਟਾਰ ਆ, ਸਪੋਰਟਸ ਹੋਸਟਲ ਚ ਹੋਏਗਾ, ਸ਼ਹਿਰ ਮੈਂ ਨਚਾਉਣੀ ਆ ਉਂਗਲਾਂ ਤੇ। ਮੇਰਾ ਬੜਾ ਭੇਤ ਲੈ ਰਹੀ ਆ, ਤੇਰੇ ਤੋਂ ਹੁਣ ਬਦਲਾ ਲੈਣਾ ਹੈ। ਆ ਨਖਰਾ ਨਾ ਸ਼ਰੀ ਲੋਗਣਾ ਮੂਹਰੇ ਵਰਤੀ, ਇੰਨੀ ਤਾਂ ਤੇਰੇ ਚ ਹਿੰਡ ਨੀ ਜਿੰਨੀ ਮੈਂ ਭੰਨ ਦੇਣੀ ਆ। ਜੱਟੀ ਦੀ ਹਿੰਡ ਹੈ ਪੰਨੇ ਤਾਂ ਮੰਨਾ। ਦਈਏ ਗੱਲ ਸੁਣ, ਬੱਚੇ ਇੱਥੇ ਆਊਟਸਾਈਡਰ ਅਲਾਊਡ ਨਹੀਂ। ਆਈ ਨੋ,
ਇੱਥੇ ਖੇਡਣ ਲਈ ਸਪੈਸ਼ਲ ਪਰਮਿਸ਼ਨ ਚਾਹੀਦੀ ਆ। ਤੁਹਾਡੇ ਕੋਲ ਪਰਮਿਸ਼ਨ ਹੈ? ਯਾ। ਕਿਹਨੇ ਦਿੱਤੀ ਪਰਮਿਸ਼ਨ? ਰੌਕੀ ਨੇ। ਓ ਐਂਡ ਆਲਸੋ ਰੌਕੀ ਨੇ ਕਿਹਾ ਜਦ ਵੀ ਮੇਰਾ ਦਿਲ ਕਰੇ ਮੈਂ ਇੱਥੇ ਆ ਕੇ ਖੇਡ ਸਕਦੀ ਹਾਂ, ਮੈਨੂੰ ਕੋਈ ਵੀ ਤੰਗ ਨਹੀਂ ਕਰੂਗਾ। ਸਰ ਸੌਣ ਲੱਗੇ ਜੀ। ਚੰਨਾ ਜੱਚਦੀ ਨਾ ਮੈਂ ਤੇਰੇ ਕੋਲੋਂ ਦੂਰ ਹੋ ਕੇ ਕੱਖ ਦੀ ਨਾ ਮੈਂ ਤੇਰੇ ਤੋਂ ਬਗੈਰ ਚੰਨਾ ਜੱਚਦੀ ਨਾ ਮੈਂ ਤੇਰੇ ਕੋਲੋਂ ਦੂਰ ਹੋ ਕੇ ਕੱਖ ਦੀ ਨਾ ਮੈਂ ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪੁਗਾਉਣ ਦਾ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ ਮੇਰੇ ਦਿਲ ਵਿੱਚ ਵਸਦਾ ਏ ਤੂੰ ਧੜਕਣ ਦੀ ਥਾਂ ਸਾਹਾਂ ਬਿਨ ਜੀ ਲਊਂਗੀ ਤੇਰੇ ਬਿਨ ਬਚਦੀ ਨਾ ਮੇਰੇ ਦਿਲ ਵਿੱਚ ਵਸਦਾ ਏ ਤੂੰ ਧੜਕਣ ਦੀ ਥਾਂ ਸਾਹਾਂ ਬਿਨ ਜੀ ਲਊਂਗੀ ਤੇਰੇ ਬਿਨ ਬਚਦੀ ਨਾ ਸੋਚਿਆ ਵੀ ਨਹੀਂ ਮੈਂ ਕਦੇ ਤੇਰੇ ਬਿਨ ਜਿਉਣ ਦਾ ਜ਼ਿੰਦਗੀ 'ਚ ਆਉਣ ਦਾ ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ ਇਸ਼ਕ 'ਚ ਰੰਗ ਆਏ ਮੇਰਾ ਲੂੰ ਲੂੰ ਸਜਣਾ ਲੋਕੀ ਰੱਬ ਨੂੰ ਤਿਉਂਦੇ ਨੇ ਮੇਰਾ ਰੱਬ ਤੂੰ ਸਜਣਾ ਤੇਰੇ ਪਿਆਰ 'ਚ ਰੰਗ ਆਏ ਮੇਰਾ ਲੂੰ ਲੂੰ ਸਜਣਾ ਲੋਕੀ ਰੱਬ ਨੂੰ ਤਿਉਂਦੇ ਨੇ ਮੇਰਾ ਰੱਬ ਤੂੰ ਸਜਣਾ ਬੜਾ ਸ਼ੁਕਰਾਨਾ ਤੇਰਾ ਆਪਣੀ ਬਣਾਉਣ ਦਾ ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ
ਵਿੱਚ ਆਉਣ ਦਾ ਕਿੱਦਾਂ? ਹੇ ਕਲਾਸ ਨੂੰ ਤੁਰ ਕੇ ਹੀ ਚੱਲੀ ਹੈ, ਗੱਡੀਆਂ ਦਾ ਸ਼ੌਂਕ ਲੈ ਗਿਆ? ਤੁਰਨ ਦਾ ਪੈ ਗਿਆ, ਦੁਪਹਿਰ ਸੋਹਣੀ ਹੈ ਸੋਚਿਆ ਮਾਇਰ ਐਸ ਵੈਲ। ਦੁਪਹਿਰ ਤਾਂ ਸੋਹਣੀ ਹੈ, ਗੱਡੀ 'ਚੋਂ ਕੁਛ ਜ਼ਿਆਦਾ ਜੱਚਦੀ ਹੈ। ਆ ਜਾ ਬਹਿ ਜਾ। ਨਹੀਂ ਮੈਂ ਤੁਰ ਕੇ ਹੀ ਰਾਜ਼ੀ ਹਾਂ। ਕੀ ਗੱਲ, ਦੋ ਘੜੀ ਦੇ ਬੋਲ ਚੱਲਦੀ ਵੀ ਰੌਕੀ ਨੇ ਗੁੰਜਾਇਸ਼ ਨਹੀਂ ਛੱਡੀ। ਸ਼ਰਾਬ ਲੂਜ਼ਰ। ਤੇਰੇ ਘਰ ਦੇ ਮਿਲੇ ਸੀ ਰਾਤ ਅਮਨ ਦੇ ਵਿਆਹ ਤੇ। ਕੀ ਆਪ ਮਾਮ ਨੇ ਦੱਸਿਆ ਸੀ? ਉਹਨਾਂ ਨਾਲ ਕਾਫੀ ਚਿਰ ਗੱਲ ਹੁੰਦੀ ਰਹੀ, ਗੱਲੀ ਬਾਤੀ ਪੁੱਛਦੇ ਸੀ ਤੇਰੇ ਬਾਰੇ। ਡਰ ਨਾ, ਮੈਂ ਰੌਕੀ ਬਾਰੇ ਕੁਝ ਨਹੀਂ ਦੱਸਿਆ। ਦੱਸਦਾ ਵੀ ਕੀ, ਉਹ ਤਾਂ ਤੁਹਾਡੇ ਘਰ ਦੀ ਰਹਿੰਦ ਖੁੰਦ ਵੀ ਨਹੀਂ, ਹੋਸਟਲਾਂ ਦੀ ਝੂਠ ਤੇ ਪੜਿਆ ਸਾਲਾ ਦੋ ਕੋਟੀ ਦਾ ਬਦਮਾਸ਼। ਮਨਿੰਦਰ ਗੱਡੀ ਰੋਕ, ਲੈਟ ਮੀ ਆਊਟ। ਆਈ ਸੇ ਲੈਟ ਮੀ ਆਊਟ। ਤੇਰੇ ਹੁੱਛੇ ਚਾਹ ਤਾਂ ਮੈਂ ਕੱਜ ਲਏ, ਪਰ ਇੱਕ ਗੱਲ ਖਾਨੇ ਵਾਲਾ, ਝੱਖੜ ਹਮੇਸ਼ਾ ਸਿਰ ਕੱਟਾ ਹੀ ਪਾਉਂਦੇ ਨੇ, ਕਦੇ ਮੱਥੇ ਨਹੀਂ ਚੁੰਮਦੇ। ਬਲਜੀਤ ਲੱਗੀ ਤੇ ਨੀ? ਮੋਹ ਨਾਲ ਤੈਨੂੰ ਪਤਿਆ ਕੇ ਵੇਖ ਲਿਆ, ਡਾਂ ਗਾਲ ਵਰਾ ਵਰਾ ਮੱਥਾ ਮਾਰ ਲਿਆ, ਪਰ ਤੈਨੂੰ ਲੱਥੀ ਚੜੀ ਦਾ ਕੋਈ ਖਿਆਲ ਹੀ ਨਹੀਂ। ਚਾਰੇ ਪਾਸਿਓਂ ਸਿਲੈਕਟਰਸ 'ਤੇ ਦਬਾਅ ਪੈ ਰਿਹਾ ਕਿ ਤੈਨੂੰ ਕਾਮਨਵੈਲਥ ਲਈ ਚੁਣਨਾ ਨਹੀਂ ਆ। ਜੇ ਅਗਲੇ ਤੈਨੂੰ ਇੰਜ ਬੇਕਾਬੂ ਘਮਸਾਣ ਪਾਉਂਦੇ ਨੂੰ ਵੇਖ ਲੈਣ, ਉਸ ਵੇਲੇ ਚੁੱਕ ਕੇ ਟੀਮ 'ਚੋਂ ਬਾਹਰ ਮਾਰਨਗੇ। ਸਾਰੀ ਉਮਰ ਤੇਰੀਆਂ ਚਮਦੀਆਂ ਚਲਾਈਆਂ, ਅਣਗੌਲੀਆਂ ਕੀਤੀਆਂ, ਪਰ ਤੂੰ ਬੰਦਾ ਹੀ ਨਹੀਂ ਬਣਦਾ। ਗੇਮ ਦੇ ਦਾਇਰੇ 'ਚ ਦਮ ਘੁੱਟਦਾ ਹੈ ਨਾ, ਅਜੇ ਵੀ ਪੈਰ ਖਿੱਚ ਲਾ, ਬਦਮਾਸ਼ੀ 'ਚ ਚੰਗੀ ਵਾਹ ਵਾ ਖੱਟੀ ਆ।
ਟਕਿਆਂ ਤੋਂ ਵਧੇਰੇ ਹੀ ਮੁੱਲ ਪਾਉਣਗੇ ਮਾਲਕ। ਕੋ ਸਾਹਿਬ, ਇੱਕ ਸਲਾਹ ਕਰਨੀ ਸੀ ਜੀ ਤੁਹਾਡੇ ਨਾਲ। ਜਦ ਮੈਂ ਇੱਥੇ ਕੈਂਪ 'ਚ ਰੁੱਝਿਆ, ਪ੍ਰੀਤ ਦਵਿੰਦਰ ਵਰਗਿਆਂ ਦੇ ਨੇੜੇ ਹੋ ਗਿਆ ਜੀ। ਗੇਮ ਤੋਂ ਵੀ ਉਹਦਾ ਚਿਤੁੱਖੜਿਆ ਲੱਗਦਾ, ਮੇਰਾ ਕਿਹਾ ਉਹ ਗੌਲਦਾ ਨਹੀਂ। ਅਤੇ ਦਵਿੰਦਰ ਵਰਗਿਆਂ ਨੂੰ ਤੁਸੀਂ ਜਾਣਦੇ ਹੋ, ਨਵਾਂ ਨਵਾਂ ਤੇਰੇ ਸੰਗ 'ਚੋਂ ਨਿਕਲਿਆ, ਪੱਥਰ ਚੱਟ ਕੇ ਮੁੜ ਆਊਗਾ। ਵੈਸੇ ਪ੍ਰੀਤ ਨੂੰ ਮੈਂ ਜਾਣਦਾ, ਪਿਆਰਾ ਬੱਚਾ ਉਹ। ਮੱਤ ਦਾ ਕੱਚਾ ਜੀ ਪ੍ਰੀਤ, ਆਪਣਾ ਚੰਗਾ ਮਾੜਾ ਨਹੀਂ ਜਾਣਦਾ। ਤੇਰੇ ਵਰਗਾ ਸਿਰ ਸੜਿਆ ਨਹੀਂ ਉਹ, ਮੇਰੀ ਗੱਲ ਮੰਨੂਗਾ, ਮੇਰੇ ਕੋਲ ਭੇਜੀ ਉਹਨੂੰ। ਦਿਲ ਕੇ ਖੁਸ਼ ਰੱਖਣੇ ਕੋ ਗਾਲਿਬ ਯੇ ਖਿਆਲ ਅੱਛਾ ਹੈ। ਅਗਲੇ ਹਫ਼ਤੇ ਕਾਮਨਵੈਲਥ ਦੀ ਟੀਮ ਦੀ ਫਾਈਨਲ ਸਿਲੈਕਸ਼ਨ ਆ। ਰਾਜਦੀਪ, ਜਿਸ ਤੇਜ ਨੂੰ ਤੂੰ ਮੁੜ ਤੋਂ ਲੱਭਦਾ ਰਿਹਾ ਹੈ, ਬੱਚੇ ਤੇਰੇ ਪਰਛਾਵਿਆਂ 'ਚ ਕਿੱਥੇ ਲੁਕਿਆ ਹੈ? ਆਪਣੇ ਜਨੂੰਨ ਦੀ ਅੱਗ 'ਚ ਉਹਨੂੰ ਹੋਰ ਨਾ ਸਾੜ। ਆਪਣੇ ਤਾਰ ਨੂੰ ਆਪਣੇ ਮੱਥੇ ਦੀ ਲੌ ਬਣਾ ਰਾਜਦੀਪ। ਕੀ ਸੋਚ ਰਹੇ? ਮੈਂ ਕੁਛ ਪੁੱਛ ਰਹੀ ਹਾਂ। ਕੁਛ ਨਹੀਂ, ਤੂੰ ਹਰ ਗੱਲ ਦਾ ਮੇਰੇ ਤੋਂ ਉੱਲਾ ਕਿਉਂ ਰੱਖਦਾ? ਤੂੰ ਹਰ ਗੱਲ 'ਚ ਇੰਨੀ ਡੂੰਘੀ ਕਾ ਤੋਂ ਉੱਤਰ ਜਾਂਦੀ ਆ। ਸਾਈਕੋਲੋਜੀ ਦੀ ਸਟੂਡੈਂਟ ਆ, ਮੇਰੇ ਸੁਭਾਅ 'ਚ ਇੱਕ ਗੱਲ ਪੁੱਛਾਂ? ਜੇ ਸਰਦਾ ਤਾਂ ਰਹਿਣ ਦੇ। ਤੇਰਾ ਯੂਨੀਵਰਸਿਟੀ ਸਟੂਡੈਂਟਸ ਨੇ ਇੱਕ ਨਾਂ ਰੱਖਿਆ, ਮੈਨੂੰ ਬੜਾ ਚੁੱਭਦਾ। ਤੂੰ ਰਾਜਦੀਪ ਕਹਿ ਲਿਆ ਕਰ। ਨਹੀਂ, ਕੋਈ ਹੋਰ। ਕਿਉਂ ਕਹਿੰਦੇ ਨੇ? ਇਹ ਕੌਣ ਨੇ? ਸ਼ਰਧਾਲੂ। ਕੰਮ ਆ, ਚੱਲਣਾ ਪੈਣਾ। ਆਪਣੀਆਂ ਖੈ ਬਾਜੀਆਂ ਆਪ ਨੇ ਜਿੱਟ। ਫਜ਼ੂਲ ਨਹੀਂ ਆਖਦਾ, ਪਾਰਟੀ ਵੱਡੀ ਆ। ਆਹ ਲਾਮ ਲਸ਼ਕਰ ਪਿੱਛਾ ਪੂੰਜਣ ਨੂੰ ਹੱਕਿਆ, ਇਹਨਾਂ ਦੀ ਵੀ ਪਾ ਜਵਾਨੀ ਕਿਸੇ ਖੂਹ ਖਾਤੇ। ਰੋਕੀ ਅੜਬਾਈ ਛੱਡ, ਵਿਕਰਮ ਹੁਣੀ 30-35 ਜਣੇ ਤਾਕ 'ਚ ਖੜੇ ਨੇ। ਪ੍ਰੀਤ ਨੂੰ ਨਾਲ ਰੱਖਣ ਤੋਂ ਵਰਜਿਆ ਸੀ ਤੈਨੂੰ। ਰੌਕੀ, ਇਹ ਕਿਹੜਾ ਮੇਰੇ ਪੁਚਕਾਰਿਆਂ 'ਤੇ ਗਿੱਟਿਆਂ 'ਚ ਆਉਂਦਾ ਖੇਡਣ ਨੂੰ? 8 ਸਾਲ ਪੁਰਾਣੀ ਯਾਰੀ ਆ, ਇਹ ਮੰਨਦਾ? 8 ਸਾਲ ਮੇਰਾ ਹੀ ਗੂਠਾ ਚੁੰਘਦਾ ਰਿਹਾ, ਹੁਣ ਹੋਰ ਨਹੀਂ ਪੁੱਗਦੀ ਲਿਆਈਦਾਰੀ। ਪਿਓ ਹੁਣ ਕੋਈ ਦੂਜਾ ਕਰ ਲਾ। ਰੰਨਾਂ ਦੀ ਛੋ ਚੰਦਰੀ ਹੱਟ ਕੂੜੇ ਕਰ ਦਿੰਦੀ ਆ, ਸਹੇਲੀ ਨੇ ਸੌਂ ਪਏ ਲੱਗਦੀ ਆ। ਬਾਈ ਮੈਂ ਕਰਦਾ। ਵੇਖ ਰੌਕੀ, ਵੀਰ ਬਣ ਕੇ ਅੱਜ ਆ ਜਾ, ਬਸ ਅੱਜ ਲਈ। ਅੱਜ ਸਾਲੇ ਦਾ ਵਰਕਾ ਪਾੜ ਦੇਣਾ, ਮੁੜ ਕੇ ਨਹੀਂ ਕਹਿੰਦੇ। ਅੱਜ ਨਹੀਂ ਪ੍ਰੀਤ, ਹੁਣ ਹੋਰ ਨਹੀਂ। ਵੈਰ ਰੌਕੀ ਕੋ ਸੱਜਰੀ ਮਸ਼ੂਕ ਨਹੀਂ, ਜਿਹਨੂੰ ਖੇਡ ਖੂਡ ਕੇ ਦਵਾਟੇ ਛੱਡਦਾ।
ਵੈਰ ਨਾਲ ਤਾਂ ਜੱਟ ਲਾਵਾਂ ਲੈਂਦਾ ਅਤੇ ਰਹਿੰਦੀ ਉਮਰ ਤੱਕ ਨਹੀਂ ਪਾਉਂਦਾ। ਵਿਚਾਲਿਓਂ ਛੱਡੀਆਂ ਖਸਮਾਂ ਨੂੰ ਹੱਥੀ ਮਾਰ ਰੰਡੀਆਂ ਖਾਂਦੀਆਂ ਨੇ। ਚੱਲ ਪ੍ਰੀਤ। ਪ੍ਰੀਤ ਨਹੀਂ ਜਾਊਗਾ। ਰੌਕੀ ਹੱਥ ਛੱਡ, ਯਾਰੀ ਵਾਲੇ ਹੱਕ ਤੋਂ ਅਦਾ ਕਰਦੇ। ਰਾਜਦੀਪ ਸਿੰਘ ਧਾਲੀਵਾਲ ਯਾਰ ਦੀ ਦਲੇਰੀ ਤੋਂ ਸਾੜਾ ਖਾ ਗਿਆ, ਸਾਰੀ ਉਮਰ ਵਿਚਾਰੇ ਨੂੰ ਜੁੱਤੀ ਹੇਠ ਰੱਖਿਆ। ਜ਼ਾਲਮਾਂ ਹੁਣ ਤਾਂ ਪੁੱਟ ਲੈਣ ਦੇ। ਬਿਕਰਮ ਦੇ ਦੋ ਨਾਲ ਇੱਕ ਪੜਾ ਕੇ ਦੇਖ ਲਾ, ਖੌਰੇ ਦਾ ਸੂਤ ਆ ਜੇ ਮੇਰੇ ਨਾਲ ਭਿੜਨਾ ਤਾਂ ਦੱਸ। ਰੌਕੀ ਹੱਥ ਛੱਡ, ਹੱਥ ਛੱਡ, ਪਿਓ ਨਾ ਬਣਿਆ ਕਰ ਮੇਰਾ। ਰੌਕੀ ਬਿਹੇਵ, ਪ੍ਰੀਤ ਨੂੰ ਛੱਡ ਦੇ, ਲੈਟ ਹਿਮ ਗੋ। ਜੇ ਤਰਲੇ ਕਢਾ ਕੇ ਮੰਨੇਗਾ ਤਾਂ ਪੈਰ ਫੜ ਲੈਣਾ ਤੇਰੇ। ਰੌਕੀ ਯਾਰੀ ਵਾਲਾ ਟੋਲ ਗਲੋਂ ਲਾ ਦੇ, ਹੁਣ ਨਹੀਂ ਤੇਰੇ ਡੱਗਿਆਂ ਤੇ ਨੱਚਦਾ। ਰੌਕੀ ਪ੍ਰੀਤ ਕੋਈ ਨਿਆਣਾ ਨਹੀਂ ਹੈਗਾ, ਤੂੰ ਢੰਗ ਨਾ ਵਰਤਿਆ ਕਰ ਉਹਦੇ ਨਾਲ। ਤੇ ਮੈਂ ਤੇਰਾ ਯਾਰ ਨਹੀਂ, ਮੇਰੇ ਤੇ ਕਦੇ ਕੋਈ ਦਾਵਾ ਨਾ ਰੱਖੀ। ਰੌਕੀ ਤੈਨੂੰ ਲਾਡ ਵੀ ਬਹੁਤ ਕਰਦਾ ਹੈ, ਉਹ ਜਮਾ ਹੀ ਜਾਹਰ, ਪਰ ਤੇਰੇ ਤੋਂ ਜਾਨ ਵਾਰਦਾ। ਮੈਂ ਨਹੀਂ ਵਾਰਦਾ, ਪਰ ਅੱਜ ਮੂੰਹ ਤੇ ਥੁੱਕਿਆ। ਉਹ ਕਿਵੇਂ ਬਾਕਸਰਾ, ਅੱਖਾਂ 'ਚ ਘੁਸੁੰਨ ਦਈ, ਡੁੱਸ ਡੁੱਸ ਕਰਦਾ, ਸੁੱਖ ਹੈ? ਕਦੇ ਹਵਾ 'ਚ ਘੁਸੁੰਨ ਮੁੱਕੀ, ਕਦੇ ਬੈਲੀ ਘੁਸੁੰਨ ਦੀਦਿਆਂ 'ਚ ਦੇ। ਇਹ ਸਾਲਾ ਕਿਹੜੀ ਬੌਕਸਿੰਗ ਲੜਦਾ ਯਾਰ? ਤੂੰ ਨਾ ਬੁੱਥੇ ਤੇ ਘੁਸੁੰਨ ਲੈ ਲਈ, ਬਹੁਤੀਆਂ ਚਟਰ ਚਟਰ ਕਰਨ ਵਾਲਿਆ। ਹਾਏ ਓਏ, ਉਹ ਨੌਂਦਰ ਮਾਰ ਗਈ ਉਹ ਪਟਾਕੋ ਦਿਲ ਤੇ। ਓਏ ਸਾਲਿਓ, ਕਿਉਂ ਛੇੜਾ ਛੇੜਦੇ ਹੋ ਦਰਵੇਸ਼ ਨੂੰ? ਲੱਖ ਲਾਣਤਾਂ ਪਏ ਵੀ ਸੀ ਨਹੀਂ ਕਰਦਾ। ਲੈ ਅੱਜ ਧੜ ਤੋਂ ਲਹਿਦੇ ਪੂੰਛ ਮੇਲਾ ਵੇਖਣ ਆਈ ਹੈ। ਅਗਲਾ ਇੰਡੀਆ ਪਲੇਅਰ ਹੈ, ਇਹੋ ਜਿਹੇ ਨੂੰ ਟਿੱਚ ਜਾਣਦਾ। ਓਏ ਸਾਲਿਆ, ਜੇਬ 'ਚ ਧੇਲਾ ਵੀ ਹੈ ਕੋਈ ਜਿਹੜਾ ਮੇਲਿਆਂ ਨੂੰ ਮੂੰਹ ਚੱਕਿਆ? ਚੁੱਪ ਸਾਲਾ, ਰੇਲਵੇ 'ਚ ਵੱਡੇ ਸਾਹਿਬ ਨੇ, ਇਹਨਾਂ ਦੀ ਸ਼ਾਨ ਦੇ ਖਿਲਾਫ ਕੁਛ ਨਹੀਂ ਕਹਿਣਾ। ਤੈਨੂੰ ਕੀ ਪਿੱਸੂ ਪੈ ਗਏ? ਇੱਕ ਦੀ ਜੱਖਣਾ ਪੱਟਣੀ ਆ ਬਾਈ, ਮਨਿੰਦਰ ਸ਼ੇਰ ਕਿਲ ਕਰਕੇ। ਆਪਣੀਆਂ ਖੈ ਬਾਜੀਆਂ ਆਪ ਨਜਿੱਠ। ਬਾਈ ਮੇਰਾ ਰੌਕੀ ਨਾਲ ਹੁਣ ਕੋਈ ਵਾਹ ਨਹੀਂ, ਸਾਰੀ ਉਮਰ ਉਹਦੇ ਪੱਟ ਦੇ ਪੰਗੂੜੇ ਝੂਟੇ ਨੇ। ਇਹ ਖੂਟਾ ਹੋਰ ਸਹੀ, ਸਾਰੀ ਉਮਰ ਤੇਰੇ ਨਾਲ ਵੀ ਤਾਂ ਖੜਿਆ ਬਾਈ। ਅੱਛਾ, ਅੱਜ ਤਾਂ ਉਹਦੀ ਉੱਚੀ ਚੀ ਨੱਪੀ ਖੜਾ ਹੈ। ਹਾੜੇ ਨਾ ਕਢਾ ਬਾਈ, ਅੱਜ ਪਿੱਠ ਪੂਰਤ, ਕੱਲ ਜਿੱਥੇ ਕਹੇਗਾ ਹਿੱਕ ਡਾ ਦੂੰਗਾ। 8 ਸਾਲ ਪੁਰਾਣੀ ਯਾਰੀ ਆ ਬਾਈ। ਫਿਰ ਸਾਲਿਆ ਕੁੱਛੜ ਚੱਕ ਲਾ, ਜੇ ਇੰਨਾ ਹੀ ਬਾਲ ਉੱਠਦਾ ਤੇ ਚੱਕ ਸਲਾ ਕਮਰੇ ਚੋਂ ਤੇ ਦਾ ਗਿਆ ਗੋਲੀਬਾਰੀ ਦੀ ਹਿੱਕ ਵਿੱਚ। ਬੁੱਲ ਸੁੱਟ ਕੀਰਨੇ ਨਾ ਪਾ, ਬਾਜ ਅੰਬਰਾਂ ਤੇ ਖੰਭ ਫੜਕਾਉਂਦੇ ਚੀਕ ਚਿਹਾੜਾ ਨਹੀਂ ਪਾਉਂਦੇ, ਸ਼ਿਕਾਰ ਸਿਰੀਆਂ ਝਰੁੱਟ ਬਾਜ ਖਾਂਦੇ ਨੇ।
ਨਾਲੇ ਆਪਣੇ ਯਾਰ ਵਾਂਗੂ ਇਕੱਲਾ ਭੌਂਕਦਾ ਨਾ ਰਹਿ ਜੀ, ਚੂੰ ਚੂੰ ਕਰਦਿਆਂ ਨੂੰ ਮੰਡੀਰ ਡਲੇ ਰੋਲੇ ਬਹੁਤ ਮਾਰਦੀ ਆ। ਮੇਰੇ ਕਹਿਣੇ ਤੋਂ ਆਕੀ ਹੋ ਗਿਆ? ਆਕੀ ਮੈਂ ਨੀ, ਪ੍ਰੀਤ ਹੋ ਗਿਆ। ਕੁੱਤਿਆਂ ਦਾ ਟੋਲਾ ਛੱਡ ਪਗਿਆਣਾ ਚ ਰਲ ਗਿਆ। ਇੰਨੇ ਉਹਦਾ ਤੈਨੂੰ ਵੀ ਕੱਲ ਦੇ, ਪਰ ਤੂੰ ਸਾਲਾ ਰੁੱਖਾ ਬਹੁਤ ਹੈ। ਨਾਲੇ ਤੇਰੀ ਜਵਾਨੀ ਤੇ ਜੋਗਿਆ ਠੰਡੇ ਵਾਸਤੇ ਪੈ ਗਈ। ਭੋ ਦੀਆਂ ਰਾਤਾਂ ਨੇ ਧੀਦੋ ਆਵੀਂ ਕਦੇ ਸਾਡੇ ਵੀ ਦਰ। ਯਾਰ ਹੁਣੀ ਖੈਰ ਪਾਉਣਗੇ, ਚੁਰਤਾਂ ਦਾ ਇੱਕ ਭਖਦਾ ਟੀਕਾ ਤੇਰੇ ਵੀ ਠੋਕਾਂਗੇ। ਆਪਣੇ ਤੇ ਆਈ ਤਾਂ ਬਿੰਦ ਚ ਆ ਗਿਆ ਨਾ ਆਪਣੀ ਆਈ ਤੇ। ਪ੍ਰੀਤ ਕੀ ਨਿਆਣਪਣਾ ਸਾਲਿਆ, ਜਾਨ ਤੂੰ ਮੇਰੀ। ਤੇਰਾ ਅੱਖੜ ਸੁਭਾਅ ਜੱਟਾਂ ਵਾਲੀ ਅੜੀ ਤੇ ਮੇਰੀ ਅੜੀ ਨਿਆਣਪਣਾ। ਮੇਰਾ ਅੱਗਾ ਤੇਰਾ, ਅਤੀਤ ਤੇਰਾ, ਫੈਸਲੇ ਯਾਰੀਆਂ ਸਭ ਉੱਪਰ ਤਾਂ ਤੇਰਾ ਹੀ ਹੱਕ ਹੈ। ਮੇਰੀ ਜਾਨ ਤਾਂ ਮੇਰੀ ਰਹਿਣ ਤੇ, ਇਹਨੂੰ ਜਿਉਣ ਮੁਕਾਉਣ ਦਾ ਹੱਕ ਤਾਂ ਮੈਥੋਂ ਨਾ ਖੋ। ਪ੍ਰੀਤ, 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 ਹੋਏ ਪ੍ਰੀਤ, ਦਰਵਾਜ਼ਾ ਖੋਲ ਯਾਰ, ਮੇਰੀ ਗੱਲ ਤਾਂ ਸੁਣ। ਹਾਲ ਹੀ ਮੇ ਇੰਡੀਅਨ ਬਾਕਸਿੰਗ ਕੋਚ ਬਣੇ ਵਰਿਆਮ ਸਿੰਘ ਸੇਖੋ ਨੇ ਆਜ ਆਪਣੇ ਅਹੁਦੇ ਸੇ ਅਸਤੀਫਾ ਦਿਆ, ਜਬ ਉਨ ਪਰ ਕਾਮਨਵੈਲਥ ਟੀਮ ਕੇ ਖਿਲਾੜੀਓ ਕੋ ਗੈਰ ਕਾਨੂੰਨੀ ਪਦਾਰਥ ਪਰੋਸਨੇ ਕਾ ਇਲਜ਼ਾਮ ਲਗਾ। ਇਨ ਪਦਾਰਥੋ ਪੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਸਨ 2008 ਮੇ ਸਰਕਾਰੀ ਰੋਕ ਲਗਾ ਦੀ ਥੀ। ਵਰਿਆਮ ਸਿੰਘ ਸੇਖੋਂ ਦਾ ਨਾਂ ਕਾਮਨਵੈਲਥ ਗੇਮਸ ਦੀ ਫਾਈਨਲ ਟੀਮ ਸਿਲੈਕਸ਼ਨ ਤੋਂ ਕੁਝ ਹੀ ਪਲ ਪਹਿਲਾਂ ਇੱਕ ਸ਼ਰਮਨਾਕ ਡੋਪਿੰਗ ਸਕੈਂਡਲ ਵਿੱਚ ਸਾਹਮਣੇ ਆਇਆ। ਪਦਾਰਥ ਮਲੇਸ਼ੀਆ ਤੋਂ ਮੰਗਵਾਏ ਜਾਂਦੇ ਸਨ ਤੇ ਕੁਝ ਚੋਣਵੇਂ ਚਹੇਤੇ ਖਿਡਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਉਹਨਾਂ ਦੀ ਖੁਰਾਕ ਵਿੱਚ ਮਿਲਾ ਦਿੱਤੇ ਜਾਂਦੇ ਸਨ। ਐਨਐਸਆਈ ਨੇ ਇਸ ਸਿਲਸਿਲੇ ਵਿੱਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ। ਸਟੇਡੀਅਮ ਮੈਂ ਨਾ ਬਾਈ, ਫੋਨ ਵੀ ਨਹੀਂ ਚੱਕ ਰਿਹਾ। ਕੋਈ ਛੋਰੀ ਕੇ ਸਾਥ ਲਬਜੂ ਲਬਜੂ ਤੂੰ ਨਹੀਂ ਕਰ ਰਿਹਾ? ਜਾ ਉਹਦੇ ਕਮਰੇ 'ਚ ਦੇਖ ਗਿਆ। ਰੋਕੀ ਤੂੰ ਸੈੱਟ ਹੈ ਕਿ? ਹੇ ਜੋਕਰ ਜਿਹਾ, ਵਟਸ ਅਪ, ਰੈਡੀ ਟੂ ਰੰਬਲ? ਕੀ ਹੋਇਆ ਰੌਕੀ, ਕੀ ਹੋ ਗਿਆ? ਮੈਨੂੰ ਇੰਡੀਆ ਟੀਮ 'ਚ ਨਹੀਂ ਰੱਖ ਰਹੇ। ਨਹੀਂ ਰੱਖ ਰਹੇ ਕੀ ਮਤਲਬ? ਅਜੇ ਤਾਂ ਫਾਈਨਲ ਸਿਲੈਕਸ਼ਨ ਹੋਣੀ ਆ। ਮੇਰੀ ਨਹੀਂ ਹੋਣੀ। ਤੈਨੂੰ ਕਿਹਨੇ ਕਿਹਾ? ਅੱਛਾ ਚੱਲ, ਇੰਨੀ ਜਿਹੀ ਗੱਲ 'ਤੇ ਉਦਾਸ ਕਿਉਂ ਹੁੰਦਾ? ਮੈਂ ਤੇਰੀ ਸਿਲੈਕਸ਼ਨ ਕਰਾ ਦਾਂਗੀ। ਚੰਗਾ, ਆਈ ਨੋ ਦਾ ਸਪੋਰਟਸ ਮਿਨਿਸਟਰ, ਆਈ ਟਾਕ ਟੂ ਹਿਮ। ਮੈਂ ਤੇਰੇ ਦਾਣ ਪੁੰਨ ਨਹੀਂ ਲੋੜਦਾ। ਮੈਂ ਤੇਰੇ ਤੋਂ ਕੋਈ ਅਹਿਸਾਨ ਨਹੀਂ ਮਨਵਾਉਣਾ। ਆਈ ਜਸਟ ਵਾਂਟ ਟੂ ਹੈਲਪ। ਹੱਥ ਅੱਡੀ ਖੜਾ? ਆਪਣੀ ਵੇਟ ਕੈਟਾਗਰੀ 'ਚ ਤੂੰ ਇੰਡੀਆ ਦਾ ਬੈਸਟ ਬਾਕਸਰ ਆ। ਟੀਮ 'ਚ ਖੇਡਣਾ ਤੇਰਾ ਹੱਕ ਹੈ। ਜੇ ਤੇਰੀ ਸਿਲੈਕਸ਼ਨ ਹੋ ਜਾਂਦੀ ਹੈ ਫਿਰ ਕੀ ਫਰਕ ਪੈਂਦਾ ਕਿ ਕਿਵੇਂ ਹੁੰਦੀ ਹੈ? ਹੱਕ ਲੀਲੜੀਆਂ ਕੱਢ ਨਹੀਂ ਮਿਲਦੇ ਨਵੇੜਾ। ਗੱਲ ਸੁਣ,
ਮੈਂ ਪ੍ਰੀਤ ਨਹੀਂ ਹੈਗੀ ਕਿ ਜੋ ਬੋਲੇਗਾ ਸੁਣ ਲਾਂਗੀ। ਤੂੰ ਜੋ ਕਰਨਾ ਕਰ, ਸੀ ਵਾਟ ਆਈ ਕੇਅਰ। ਲਿਸਨ, ਆਈ ਐਮ ਸੋਰੀ, ਪਰ ਤੇਰੇ ਤੱਕ ਗੱਲ ਪਹੁੰਚਾਉਣੀ ਬਹੁਤ ਔਖੀ ਹੋ ਜਾਂਦੀ ਹੈ। ਮੈਂ ਤਾਂ ਸਿਰਫ ਤੇਰੀ ਇਬਾਦਤ। ਆਈ ਐਮ ਸੋਰੀ, ਮੈਂ ਜਾਣ ਕੇ ਨਹੀਂ। ਨੇੜੇ ਨਾ ਹੀ ਮੇਰੇ ਇਬਾਦਤ, ਹੱਥ ਨਾ ਲਾ ਮੈਨੂੰ। ਲੀਵ, ਜਾ, ਜਾ। ਬੋਥ ਪਲੇਅਰਸ ਕਮ ਫਾਰਵਰਡ, ਨੋ ਹਿਟਿੰਗ ਬਿਲੋ ਦਾ ਬੈਲਟ, ਨੋ ਕਲਿੰਚਿੰਗ, ਆਈ ਵਾਂਟ ਅ ਕਲੀਨ ਫਾਈਟ, ਓਕੇ? ਰਿੰਗ ਦੇ ਚੌਂਾਂ ਗੁੱਠਾਂ ਦਰਮਿਆਨ ਕੱਟੀ ਜ਼ਿੰਦਗੀ ਨਹੀਂ ਹੁੰਦੀ, ਰਿੰਗ ਤੋਂ ਬਾਹਰ ਜ਼ਿੰਦਗੀ ਖੇਡ ਨਹੀਂ। ਜ਼ਿੰਦਗੀ ਕਦੇ ਕਦਾਈ ਈਨ ਮਨਾਈ ਜਾਂਦੀ ਹੈ। ਬੰਦਾ ਚਾਹੇ ਕਿੰਨਾ ਵੀ ਜੁਝਾਰ ਹੋਵੇ, ਹਾਰ ਜ਼ਿੰਦਗੀ ਲਈ, ਖੇਡ ਲਈ ਅਹਿਮ ਹੈ। ਹਾਰ ਜਿੱਤਣਾ ਸਿਖਾਉਂਦੀ ਹੈ। ਰਾਜਦੀਪ, ਤੂੰ ਇਸ ਮੁਲਕ ਦਾ ਸਿਰਮੌਰ ਬਾਕਸਰ ਹੈ, ਪਰ ਤੇਰੀ ਸਿਲੈਕਸ਼ਨ ਨਹੀਂ ਹੋਣੀ ਬੱਚੇ। ਤੇਰਾ ਰਵੱਈਆ ਹਰ ਘੜੀ ਇੰਡੀਆ ਲੈਵਲ ਸਪੋਰਟਸਮੈਨ ਦਾ ਹੋਣਾ ਚਾਹੀਦਾ ਹੈ। ਅੱਲੜਾਂ ਦੀ ਲਾਪਰਵਾਹੀ ਤੈਨੂੰ ਸੋਭਦੀ ਨਹੀਂ। ਲੋਕ ਤੈਨੂੰ ਟਿਕਦਾ ਵੇਖਣਾ ਚਾਹੁੰਦੇ ਹਨ। ਪਰ ਤੂੰ ਡਿੱਗਣਾ ਨਹੀਂ ਬੱਚੇ।
ਰੌਕੀ। ਆਪਣਾ ਭਾਈ ਮਰ ਗਿਆ। ਪਿਓ ਦਾ ਨਾਂ ਅੱਖੀ ਜੇ ਬੁੱਕ ਨਾ ਲਾਇਆ ਤਾਂ ਇਹੋ ਜਿਹਾ ਤੈਨੂੰ ਸੀ, ਉਹ ਜਿਹਾ ਮੈਨੂੰ। ਮੈਂ ਪੁਲਿਸ ਕੋ ਨਹੀਂ ਜਾਣਾ, ਪਲੀਜ਼ ਮੈਨੂੰ ਘਰੇ ਛੱਡ ਦੇ। ਰੌਕੀ ਤੇ ਨਾ ਛੱਡਦਾ। ਬੀਬਾ, ਮੁੰਡੇ ਦਾ ਕੀ ਨਾਂ ਹੈ? ਰੌਕੀ। ਰੌਕੀ ਕੀ? ਮੈਂਟਲ ਜੋ ਕੇ ਗੱਡੀ ਚ ਬੈਠ।
ਮੰਤਰੀ ਸਾਹਿਬ ਨੂੰ ਸਮਝਾਉਣ ਦੀ ਤਾਂ ਮੇਰੀ ਹੈਸੀਅਤ ਹੈ ਨਹੀਂ, ਜੇ ਤੁਸੀਂ ਹੀ ਵਿਚਾਰ ਲੈਂਦੇ ਨਿਰੀ ਆਫਤ ਗੱਲ ਪਾਉਣ ਵਾਲੀ ਗੱਲ ਹੈ। ਔਕਾਤ ਤੇਰੀ ਮੈਨੂੰ ਮਤ ਦੇਣ ਦੇ ਵੇ ਨੇ, ਹੁਣ ਸ਼ੀਕਰੀ ਨਿਭਾ, ਵਕੀਲੀ ਨਾ ਕੋਟ। ਰੋਕੀ, ਜ਼ਿੰਦਗੀ ਦੇ ਸਾਰੇ ਤੀਰ ਤੁੱਕੇ ਲੋਟ ਆ ਗਏ ਯਾਰ। ਕਦੇ ਕਦੇ ਡਰ ਲੱਗਦਾ ਕਿ ਕੋਈ ਰੋਂਦ ਹੀ ਨਾ ਮਾਰ ਜੇ। ਰੋਂਦ ਛੱਡ, ਰੋਂਦ ਮਾਰੇ ਤੇਰੇ ਤੋਂ ਜਾਣੀ ਤਾਂ ਵਾਰ ਨਹੀਂ ਅਦਲਾ। ਮੈਂ ਸੀਰਤ ਨੂੰ ਵਿਆਹ ਲਈ ਮਨਾ ਲਿਆ। ਹੋਏ ਕਮਲੀ ਜੀ ਨੂੰ ਸਾਲਿਆ, ਉਹਦਾ ਬਹੁਤ ਗੱਲ ਅੜੀ ਆ, ਉਹਦੇ ਬਾਰੇ ਕੁਝ ਨਾ ਬੋਲੀ। ਪਿਆਰੇ ਲੱਗੋਗੇ ਇਕੱਠੇ, ਇੱਕ ਕਾਟੋ ਇੱਕ ਬਲੂੰਗੜਾ। ਕਾਮਨਵੈਲਥ ਮਗਰੋਂ ਤੂੰ ਇੰਡੀਆ ਸਟਾਰ ਹੋਏਗਾ, ਰੇਲਵੇ ਵਾਲੇ ਵਾਲੀ ਦੇ ਵਿਆਹ 'ਤੇ ਆਏਗਾ। ਉਹ ਸਾਲਿਆ ਵਿਆਹ ਤਾਂ ਮੈਂ ਦਈਏ ਦੇ ਤਾਏ ਦੇ ਛੋਟੇ ਮੁੰਡੇ ਦਾ ਵੀ ਦੇਖਣਾ, ਤੇਰੇ ਨਾਲ ਤਾਂ ਜਾਨੇ ਮੇਰੀ ਇਸੇ ਵਿਆਹ ਤੱਕ ਜਾਣਾ। ਤੂੰ ਹੁਕਮ ਤਾਂ ਕਰਦਾ ਵੇ, ਅਸੀਂ ਦਿੰਦੇ ਜਾਨ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ, ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਮੈਥੋਂ ਦੂਰ ਕਿਉਂ ਚੱਲਦੇ ਹੀ ਰਹਿੰਦੇ ਯਾਰ ਅਗਲੇ ਸ਼ਿਕਵੇ, ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ। ਹੋ ਗਿਆ ਮੈਥੋਂ ਦੂਰ ਕਿਉਂ ਚੱਲਦੇ ਹੀ ਰਹਿੰਦੇ ਯਾਰ ਅਗਲੇ ਸ਼ਿਕਵੇ, ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ। ਮਰਦੇ ਦਮ ਤੱਕ ਨਾਲ ਖੜੂ ਗੱਲਾਂ ਤੇਰੀਆਂ, ਹਾਰ ਗਈਆਂ ਹੰਝੂ ਪਰਨ ਗਵਾਈਆਂ ਵੇ, ਤੇਰੇ ਮੇਰੇ ਪਿਆਰ ਦੀਆਂ। ਤੇਰੀ ਯਾਰੀ ਇੰਨੀ ਹੀ ਕਿਉਂ ਸੀ ਮਹਿਮਾਨ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ, ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਜੇ ਜਿਮ 'ਚ ਲੋਹਾ ਤੋੜਨ ਦੀ ਅਤੇ ਪ੍ਰੋਟੀਨ ਦੇ ਡੱਬੇ ਮਕਾਉਣ ਦੀ ਰਤਾ ਭਰ ਵੀ ਮਾਨਤਾ ਹੁੰਦੀ ਤਾਂ ਹਲਕੇ ਦੇ ਸਾਰੇ ਮੋਹਤਪਰ ਬੰਦੇ ਤੇਰੇ ਗਲ ਸਰੋਪੇ ਪਾ ਤੇਰੇ ਨਾਲ ਫੋਟੋਆਂ ਖਿਚਾਉਂਦੇ। ਪਰ ਜੇ ਕੋਈ ਅੱਧੇ ਕਿੱਲੇ 'ਚ ਜਿੰਦਰਾ ਲੈ ਕੇ ਤੈਨੂੰ ਸਿੱਧੀ ਵੱਟ ਪਾਉਣ ਨੂੰ ਕਹਿ ਦੇ ਨਾ, ਤਾਂ ਤੂੰ ਸਾਰੇ ਇਲਾਕੇ 'ਚ ਮੇਰੀ ਮਿੱਟੀ ਪਲੀਤ ਕਰਾ ਦੇਗਾ। ਗੱਲ ਦੱਸ ਬਾਈ, ਵਾਰੀ ਦਾ ਵੱਟਾ ਲਾਉਣ ਨੂੰ ਮੈਂ ਸਾਰੇ ਅੜਿੱਕੇ ਹਟਾਤੇ ਸੀ,
ਸ਼ੇਰ ਗਿੱਲਾਂ ਦੇ ਲਹੂ ਡੋਲਣ ਵਾਲੇ ਦਾ ਮੈਂ ਤੁਪਕਾ ਤੁਪਕਾ ਲਹੂ ਵਹਾਉਣਾ ਸੀ, ਪਰ ਬਾਈ ਦੇ ਕਾਲ ਹੁਣ ਕਾਕਾ ਜੀ ਨੂੰ ਕੱਚੇ ਜਾਪਦੇ ਆ। ਜੇ ਝਟਕਾ ਹੀ ਨਿਬੇੜਾ ਕਰਨਾ ਸੀ ਤਾਂ SSP ਨੂੰ ਫੋਨ ਕਰਾਉਣ ਦੀ ਕੀ ਲੋੜ ਸੀ? ਅਲੀ ਅਲੀ ਕਰਦੇ ਪਿੜ ਚ ਚੜ੍ਹਾਈ ਕਰ ਦਿੰਦੇ ਛਵੀਆਂ ਲੈ ਕੇ। ਹੋ ਜਾਏ ਮੈਨੂੰ ਛੱਡ ਲੈ ਪੁੱਤ। ਗੋਲਡ 8 ਸਾਲ ਪੁਰਾਣੀ ਯਾਰੀ ਸੀ, ਸਿਆਸੀ ਦਾਬੇ ਚ ਘੋਟ ਕੇ ਪੀਤੇ ਨੀ ਲੱਗਦੇ ਸ਼ੇਰਗਿੱਲ ਸਾਹਿਬ। ਸ਼ਾਸਕਾਂ ਨੂੰ ਪਰਚਾ ਬਹੁਤੀ ਪਜਲਾਉਣੀ ਨੀ ਚਾਹੀਦੀ, ਸਾਲੀ ਪੁੱਤਰ ਜਾਂਦੀ ਆ। ਪੁੱਤਰਿਆਂ ਗੱਲ ਪੰਜਾਲੀ ਤਾਂ ਮੈਂ ਪਿੰਡ ਚ ਪਾ ਦਵਾਂ, ਮਸਲਾ ਇਹ ਨਹੀਂ। ਮਸਲਾ ਇਹ ਹੈ ਕਿ ਸ਼ਾਸਕਾਂ ਦਾ ਸ਼ਿਕਾਰ ਖੋਣ ਦਾ ਪਰਚਾ ਨੂੰ ਤੰਡ ਕੀ ਲਾਇਆ ਜਾਏ। ਡਰਾਵੇ ਟੱਪੂ ਟੱਪੂ ਕਰਦੇ ਪਾਰਟੀ ਵਰਕਰਾਂ ਦੇ ਕਸੇ ਸ਼ੇਰਗਿੱਲ ਸਾਹਿਬ, ਕਾਕੇ ਸ਼ਾਹੀ ਅਥਰੇ ਸਾਨ ਨਹੀਂ ਕਾਬੂ ਕਰ ਸਕਦੀ। ਨਾਲੇ ਵਿਚਾਰੇ ਉਹ ਖੁਸਦੇ ਤਖਤਾਂ ਤਾਜਾਂ ਦੀ ਸੁਰਖੀਆਂ ਚੋਂ ਨਾ ਪੁੱਛਦਾ ਵੈਰੀ ਦਾ। ਹੁਣ ਕਲਮ ਕਾਨੂੰਨ ਵਾਲੇ ਆਉਣਗੇ ਕਾਤਲਾਂ ਦੀ ਪੈਰ ਦੱਬੀ। ਸ਼ੇਰਗਿੱਲ ਸਾਹਿਬ ਚੌਕਸ ਹੋ ਜਾਓ, ਐਤਕੀ ਨਾ ਢਿੱਲ ਵਰਤੇ ਹੋ। ਕੁੜਤੇ ਨੂੰ ਵੱਟ ਪੈਂਦੇ ਨੇ, ਮਾਵਾ ਲਾ ਕੇ ਰੱਖਿਆ ਕਰੋ। ਚੰਗਾ ਕੀਤਾ ਤੂੰ ਆ ਗਿਆ। ਮੈਂ ਵੀ ਬਸ ਚੱਲਿਆ ਹੀ ਸੀ। ਰੌਕੀ ਓਏ ਦਿਲਾ, ਕਮਲਾ ਹੋ ਗਿਆ। ਇੰਡੀਆ ਸਟਾਰ ਦੀ ਜਾਨ ਹੈ ਜਾਨੇ ਮੇਰੀ, ਕਿਤੇ ਨਹੀਂ ਨਿਕਲਦੀ।
ਰਾਜਦੀਪ ਯੂਨੀਵਰਸਿਟੀ ਦੇ ਇੱਕ ਵਿਦਿਆਰਥਣ ਦੇ ਨਾਲ ਬਲਾਤਕਾਰ ਦੇ ਯਤਨ ਦਾ ਦੋਸ਼ ਹੈ। ਜਦ ਕੁੜੀ ਨੇ ਰੌਕੀ ਦਾ ਵਿਰੋਧ ਕੀਤਾ ਤਾਂ ਰੌਕੀ ਨੇ ਬੇਰਹਿਮੀ ਨਾਲ ਕੁੜੀ ਨਾਲ ਕੁੱਟਮਾਰ ਵੀ ਕੀਤੀ। ਪੰਜਾਬ ਦੀ ਜਵਾਨੀ ਲਈ ਬਣਿਆ ਇੱਕ ਪ੍ਰੇਰਣਾ ਚਿੰਨ, ਅੱਜ ਪੰਜਾਬ ਦੀਆਂ ਆਸਾਂ ਤੋੜ, ਸਮੁੱਚੇ ਪੰਜਾਬੀਆਂ ਦਾ ਸਿਰ ਮੁਲਕ ਅਤੇ ਮਨੁੱਖਤਾ ਮੂਹਰੇ ਨਿਵਾ ਗਿਆ। ਆਓ ਗੱਲ ਕਰੀਏ। ਰੌਕੀ ਜੀ, ਆਪਣੀ ਬਦਕਾਰੀ 'ਤੇ ਕੋਈ ਵੀ ਪਛਤਾਵਾ ਹੈ ਤਾਂ ਉਹਨੂੰ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰੋ, ਜਿਨ੍ਹਾਂ ਨੇ ਤੁਹਾਡੇ 'ਤੇ ਭਰੋਸਾ ਕਰ ਤੁਹਾਨੂੰ ਇਹ ਸ਼ੌਹਰਤ ਦਵਾਈ। ਜਿਸ ਕੁੜੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਨਾਲ ਪੁਰਾਣੇ ਤੁਹਾਡੇ ਕੀ ਸੰਬੰਧ ਨੇ? ਬੌਕਸਰ, ਗੈਂਗਸਟਰ ਜਾਂ ਰੇਪਿਸਟ, ਇਸ ਵਕਤ ਤੁਹਾਡੇ 'ਤੇ ਕਿਹੜਾ ਕਿਰਦਾਰ ਸਭ ਤੋਂ ਵੱਧ ਹਾਵੀ ਹੈ? ਕੀ ਇਹ ਹਰਕਤ ਵਰਿਆਮ ਸਿੰਘ ਸੇਖੋਂ ਦੁਆਰਾ ਪਰੋਸੇ ਗਏ ਗੈਰ ਕਾਨੂੰਨੀ ਪਦਾਰਥਾਂ ਦਾ ਨਤੀਜਾ? ਰੌਕੀ ਜੀ, ਰੌਕੀ ਜੀ, ਰੌਕੀ ਜੀ, ਰੌਕੀ ਜੀ, ਕੁਝ ਬੋਲੋ, ਰੌਕੀ ਜੀ, ਕੁਝ ਬੋਲੋ ਪਲੀਜ਼, ਰੌਕੀ ਜੀ ਜਵਾਬ ਦਿਓ। ਸਾਡੇ ਬਾਬੇ ਕਹਿੰਦੇ ਸੀ, ਚੱਲਣ ਹਨੇਰੀਆਂ ਆਫਤਾਂ ਘਨੇੜੇ, ਜੱਟ ਆਈ ਉੱਤੇ ਆਏ ਪੌਣ ਖੁਦਾ ਨੂੰ ਵੀ ਗੇੜੇ। ਇੰਦਰਪਾਲ ਜੀ, ਮੁਸ਼ਕਲਾਂ ਬੰਦਿਆਂ 'ਤੇ ਆਉਂਦੀਆਂ ਨੇ, ਦਿਲ ਨਹੀਂ ਛੱਡੀਦਾ, ਪਰ ਬੱਚਿਆਂ 'ਤੇ ਆਈਆਂ ਦਾ ਕੀ ਤੋੜ ਲੱਭੀਏ? ਮਾਪੇ ਤਾਂ ਜਮਾਂ ਹੀ ਬੇਬਸ ਹੋ ਜਾਂਦੇ ਨੇ। ਇਬਾਦਤ ਦੇਖ ਲਓ, ਉਹ ਦੱਸਦੀ ਕੁਛ ਨਹੀਂ, ਬਸ ਕਮਰਾ ਬੰਦ ਕਰਕੇ ਰੋਈ ਜਾਂਦੀ ਹੈ। ਤੁਸੀਂ ਮੇਰੀ ਦੁਚਿੱਤੀ ਨੂੰ ਜਾਇਜ਼ ਜਾਣਿਓ ਸ਼ੇਰਗਿੱਲ ਸਾਹਿਬ, ਜਿੱਥੇ ਕਰੀਬੀ ਸਾਥੋਂ ਪਾਸਾ ਵੱਟ ਰਹੇ ਨੇ ਤੁਸੀਂ ਉੱਥੇ ਸਾਗ ਜੋੜਨਾ ਚਾਹੁੰਦੇ, ਪਰ ਅਸੀਂ ਇਬਾਦਤ ਨਾਲ ਗੱਲ ਕੀਤੇ ਬਗੈਰ ਕੋਈ ਫੈਸਲਾ ਨਹੀਂ ਲੈ ਸਕਦੇ। ਇਬਾਦਤ, ਇਬਾਦਤ, what's wrong with you? ਸ਼ੇਰਗਿੱਲ ਜੀ, ਮੈਂ ਆਪਣੀ ਬੇਟੀ ਦੀ ਗੁਸਤਾਖੀ ਲਈ ਤੁਹਾਡੇ ਤੋਂ ਮਾਫੀ ਮੰਗਦਾ। ਬਹਿ ਜਾ ਗੁੱਡੀ, ਬੈਠ। ਮਨਿੰਦਰ ਪੁੱਤ, ਸਾਨੂੰ ਨਹੀਂ ਪਤਾ ਤੁਹਾਡੇ ਵਿੱਚ ਕੀ ਚੱਲ ਰਿਹਾ। ਦਸਾਂ ਨੌਹਾਂ ਦੀ ਕਿਰਤੀਆਂ ਦੇ ਵਾਰਸ, ਆ ਉਂਗਲਾਂ ਦੇ ਚਟਕੋਰੇ ਨੇ, ਧੌਣ 'ਚ ਕਿੱਲਾ ਰੱਖਦੇ ਆ ਪਰ ਕੰਗਰੋੜ ਨਹੀਂ। ਗੁੱਡੀ ਵੀ ਵਿੱਚ ਬੈਠੀ ਆ, ਸਾਰੀ ਗੱਲ ਖੋਲ੍ਹ ਲਓ, ਜਾਇਜ਼ ਨਜਾਇਜ਼ ਦਾ ਜਾਇਜ਼ਾ ਲੈਣਾ ਵੀ ਜ਼ਰੂਰੀ ਆ।
ਤੇ ਅਹਿਮ ਹੈ ਕਿ ਤੁਸੀਂ ਸਾਡੇ ਬਾਰੇ ਕੋਈ ਦੁਚਿੱਤੀ ਨਾ ਰੱਖੋ ਤੇ ਫਿਰ ਗੁੱਡੀ ਦਾ ਸਾਕ ਅਸੀਂ ਛੋਟੇ ਲਈ ਲਵਾਂਗੇ। ਅਸਾਈਨ ਕਰ ਦਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੈਦੀ ਦਾ ਨਾਮ? ਰਾਜਦੀਪ ਸਿੰਘ। ਰਾਜਦੀਪ ਸਿੰਘ। ਰੌਕੀ ਬਾਕਸਰ ਹੈ? ਓਏ ਸੌਰੀ ਦਿਆ, ਅਜੇ ਚਾਰ ਦਿਨ ਨਹੀਂ ਹੋਏ ਪ੍ਰਾਹੁਣੇ ਨੂੰ ਸਹੁਰੇ ਆਇਆ। ਉਹ ਸਾਲੀਆਂ ਨੂੰ ਚਾਰ ਸ਼ਗਨ ਤਾਂ ਕਰ ਲੈਂਦੇ ਹੋ। ਉਹ ਕਦੇ ਮਾਂ ਪੜਦੀ ਹੈ, ਕਦੇ ਦਾਦਾ। ਬੰਦੇ ਦਾ ਪੁੱਤ ਬਣ ਤੇ ਦੌੜ ਜਾ ਇੱਥੋਂ। ਉਹਨੇ ਨਹੀਂ ਹੁਣ ਕਿਸੇ ਨੂੰ ਮਿਲਣਾ, ਅਸੀਂ ਬਥੇਰਾ ਕਹਿ ਹਟੇ। ਜਾ ਭੱਜ ਜਾ। ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾ। ਉਗਦਾ ਸੀ ਤੇਰਾ ਸਾਥ ਦਿਲਾ, ਤੇਰੀ ਯਾਦ ਰਵਾਉਂਦੀ ਏ ਰੋਵਾਂ ਮੈਂ ਹਰ ਇੱਕ ਰਾਤ ਦਿਲਾ। ਖੂਨ ਡੋਲ ਕੇ ਵੀ ਮੈਨੂੰ ਉਗਦਾ ਸੀ ਤੇਰਾ ਸਾਥ ਦਿਲਾ, ਤੇਰੀ ਯਾਦ ਰਵਾਉਂਦੀ ਏ ਰੋਵਾਂ ਮੈਂ ਹਰ ਇੱਕ ਰਾਤ ਦਿਲਾ। ਕੀਦੀਆਂ ਦਸ ਗਰਾਰੀਆਂ ਦੇ ਅੱਗੇ ਹੁਣ ਮੈਂ ਚੁੱਕਣਾ, ਲੱਗਦਾ ਰਾਬਤਾ ਸਾਹਾਂ ਦਾ ਇੱਥੇ ਹੀ ਬਸ ਮੁੱਕਣਾ। ਮੈਂ ਕੀਦੀ ਯਾਰੀ ਤੇ ਕਰਨਾ ਦਸ ਮਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ। ਸਾਲੇ ਆ ਕੀ ਜੂਤ ਪਤਾਨ ਲਾਇਆ ਓਏ? ਬਾਈ ਉਈ
ਬਾਂਦਰ ਕਿਲਾ ਜਿਹਾ ਖੇਡਦੇ ਸੀ ਤੇਰਾ ਬਣਾਵਾਂ ਬਾਂਦਰ ਨਾ ਬਾਈ ਅੱਜ ਗਗਨ ਦੀ ਵਾਰੀ ਹੈ ਬਾਈ ਆਇਆ ਰੈਡੀ ਹੋ ਜਾ ਯਾਰ ਚੁੱਪ ਨਹੀਂ ਕਰਦਾ ਭੁੱਲ ਜਾਣਾ ਮੈਂ ਆਹੋ ਮੈਂ ਤਾਂ ਇੱਥੇ ਕੰਧਾਂ 'ਤੇ ਔਸੀਆਂ ਪਾਉਣ ਨੂੰ ਰੱਖੀ ਹੋਈ ਆ ਨਾ ਬਾਈ ਜੇ ਫਰੂਟੀ ਨੂੰ ਹੀ ਨਾਲ ਲੈ ਜੇ ਤਾਂ ਇੱਕ ਹੋਰ ਕੰਮ ਕਰ ਬਾਈ ਨਵਾਂ ਮੁਰਗਾ ਆਇਆ ਇਹਨੂੰ ਚਾੜ ਸਿੱਖੇ ਬ੍ਰੇ ਪੇਸਟ ਆ ਸਦਰਾ ਬਾਈ ਭੁੰਨ ਭੁੰਨ ਖਾਇਆ ਕਰੀ ਤਾੜ ਸਹੀ ਝੋਟਿਆ ਗਿਆ ਡੀਲ ਟੋਲ ਇਹਦਾ ਬਣਾ ਬਈ ਬਾਂਦਰ ਤੇਰਾ ਬਣਾਵਾਂ ਬਾਂਦਰ ਚੱਕਲਾ ਅੱਡੀਆਂ ਚੀ ਸੁੱਟਦੀ ਆ ਤੇਰੇ ਹਾਏ ਨਾ ਪੈਂਦੀ ਆ ਧੱਕ ਚੈਂਪੀਅਨ ਇੱਕ ਮਿੰਟ ਹੁਣ ਪਾਵੀ ਧੱਕ ਅੱਛਾ ਲੜਿਆ 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 ਸਾਲੇ ਦੇਠੂ ਹਾਂ ਲੜਿਆ ਤੇਰਾ ਭਲਾ ਹੋਵੇ ਕਿਹੜੇ ਵੇਲੇ ਨਿਉ ਗਿਆ ਪੈ ਗਈ ਵਾਰੀ ਡੂ ਡੂ ਕਰਦਾ ਸੁਰਗਾਂ ਨੂੰ ਹੋ ਗਿਆ ਹੋ ਗਿਆ ਪਾ ਦੇ ਰੋਟੀ ਬਾਈ ਆ ਕੱਖ ਕੰਡਾ ਬਹੁਤ ਹੋ ਗਿਆ ਆਪਣੇ ਕਿ ਨਹੀਂ ਓ ਚੱਕ ਲੈ ਖਰੋੜੇ ਪੁੱਛਦਾ ਕੀ ਹੈ ਚਾਰ ਮਾਰ ਚਾਂਟੇ ਤੇ ਚਾੜ ਕੁੱਤੀ ਖਜੂਰ ਤੇ ਨਾਨਸੈਂਸ ਬਦਤਮੀਜ਼ ਰੋਕੇ ਹੱਥ ਛੱਡ ਪਿਓ ਨਾ ਬਣਿਆ ਕਰ ਮੇਰਾ ਯਾਰੀ ਵਾਲਾ ਢੋਲ ਗਲੋਂ ਲਾ ਦੇ ਹੁਣ ਨਹੀਂ ਤੇਰੇ ਡੱਗਿਆਂ 'ਤੇ ਨੱਚਦਾ ਪ੍ਰੀਤ ਕੀ ਨਿਆਣਪੁਣਾ ਸਾਲਿਆ ਜਾਨ ਆ ਤੂੰ ਮੇਰੀ ਤੇਰਾ ਖੜ ਸੁਭਾਅ ਜੱਟਾਂ ਵਾਲੀ ਅੜੀ ਅਤੇ ਮੇਰੀ ਅੜੀ ਨਿਆਣਪੁਣਾ ਮੇਰਾ ਅੱਗਾ ਤੇਰਾ ਅਤੀਤ ਤੇਰਾ ਫੈਸਲੇ ਯਾਰੀਆਂ ਸਭ ਉੱਪਰ ਤਾਂ ਤੇਰਾ ਹੀ ਹੱਕ ਹੈ ਮੇਰੀ ਜਾਨ ਤਾਂ ਮੇਰੀ ਰਹਿਣ ਦੇ ਇਹਨੂੰ ਜਿਉਣ ਮੁਕਾਉਣ ਦਾ ਹੱਕ ਤਾਂ ਮੈਥੋਂ ਨਾ ਖੋ
ਸੌਂ ਕਰੋ ਤੇ ਤੈਨੂੰ ਮੈਂ ਦੜ ਵੱਟੀ ਵੇਖ ਟਿਕਾ ਆ ਗਿਆ ਚਿਤਨੋਂ ਮਰ ਜਾਣਿਆ ਆ ਮਾਊ ਬਣਿਆ ਬਾਹਲੇ ਪਿਆਰਾ ਲੱਗਦਾ ਲੋਕੀ ਤਾਂ ਸਾਲੇ ਕੁੱਤੇ ਐਵੇਂ ਸਵਾਸ ਲੈਂਦੇ ਨੇ ਅਖੇ ਰੋਕੀ ਤਾਂ ਹੁਣ ਵਿੱਚ ਹੀ ਹੁਕਮੋ ਦਿੰਦਾ ਦਿਹਾੜੀ ਸਾਰੀ ਨੋਹਾਂ ਨਾਲ ਕੰਧਾਂ ਖੁਰਚਦਾ ਰਹਿੰਦਾ ਖਾਮ ਖਾਂ ਟਿੱਕੇ ਨੂੰ ਲਤਾੜਦੇ ਨੇ ਇਬਾਦਤ 'ਤੇ ਮੈਂ ਵਿਆਹ ਕਰਾ ਰਿਹਾ ਆ ਪਹਿਲਾ ਕਾਰਡ ਰੱਖੀ ਪਾ ਲਈ ਭਾਜੀ ਮੋੜੀ ਚੱਕਤਾ ਲੈ ਉਹ ਸਾਲਿਆ ਉਹ ਐਡੀ ਉੱਚੀ ਥਾਂ ਵੈਰ ਪਾਏ ਦਾ ਪੋਰਾ ਤਾਂ ਮੁਲਤਾਰ ਦੇ ਕਸੁੰਨਣੀ ਤਾਂ ਇੱਕ ਅੱਧੀ ਗਾਲੀ ਵਾ ਦੇ ਜਾਂ ਮੰਨ ਲੈ ਰੋਕੀ ਤੂੰ ਖੱਸੀ ਹੈ ਅਤੇ ਤਰਲੇ ਪਾ ਮੇਰੇ ਸ਼ਾਇਦ ਆਪਣੇ ਯਾਰ ਦੀ ਮੌਤ ਨਾ ਮਰੇ ਪਰ ਮਿੰਤ ਤਰਲਾ ਤਾਂ ਮਾਰਨਾ ਪੈਣਾ ਖੱਸੀ ਦਾ ਵੇਖਿਆ ਕਰਨਾ ਦੱਸ ਨਾਲੇ ਇੱਕ ਅੱਧਾ ਵੱਲ ਜਿਹੜਾ ਰਹਿ ਗਿਆ ਤੇਰੇ 'ਚ ਉਹ ਜੇਲ੍ਹ 'ਚ ਪਾਲ ਤੋਂ ਮੇਰੇ ਛਾਲਾਂ ਮਾਰ ਮਾਰ ਕੱਢ ਦੇਣਗੇ ਤੂੰ ਬਸ ਉੱਠਦੀ ਚੀਕ ਨਾ ਦੱਬੀ ਤੇਰੇ ਯਾਰ ਨੇ ਕਹਿੰਦੇ ਨੇ ਬੜੀਆਂ ਜੰਗ ਨਾ ਸੁੱਟੀਆਂ ਸਨ ਦਵਿੰਦਰ ਹੋਣੀ ਹੈ ਸਾਲੇ ਕਰੜੇ ਨੇ ਦੱਸ ਵਿਚਾਰਾ ਜਵਾਕ ਟੰਗਦਾ ਪਰ ਡਰੀ ਨਾ ਸੁਭਾਨ ਰਹੀ ਤੈਨੂੰ ਤੇਰੇ ਯਾਰ ਦੀ ਮੌਤ ਨਹੀਂ ਮਾਰਾਂਗੇ ਤੇਰੀ ਸਜ਼ਾ ਤਾਂ ਹੋਰ ਵੀ ਸਖ਼ਤ ਹੈ ਕਰਾਂਗੇ ਸਦਕੇ ਜਾਵਾਂ ਬੱਲਾ ਤੇਰੇ ਜੁੱਸੇ ਦੇ ਉਫ ਕਿਆ ਬਾਂਦਰ ਹੈ ਤੈਨੂੰ ਪਤਾ ਸਾਰੇ ਤੇਰਾ ਨਾਂ ਲੈ ਲੈ ਮੈਨੂੰ ਛੇੜਦੇ ਆ ਉਫ ਸੱਚ ਕੱਲ ਸ਼ੇਰ ਗਿੱਲ ਦਾ ਭਾਈ ਆਇਆ ਸੀ ਤੇਰਾ ਲੱਕ ਸਿੱਕਣ ਨੂੰ ਕਹਿੰਦਾ ਸੀ ਇਸ ਜ਼ਾਲਮ ਜੇਰੇ ਦਾ ਨਾ ਉਹ ਵੀ ਮੈਨੂੰ ਕਾਇਲ ਲੱਗਦਾ ਹੈ ਲੁੱਚੇ ਨੇ ਤਾਂ ਆਪਣੀ ਕਰਨੀ ਭਰਨੀ ਸੀ ਅਸੀਂ ਤੇਰੇ ਹੱਕ ਦੇ ਬੰਦੇ ਹਾਂ ਬਾਈ ਦੇਖੋ ਬਾਈ ਅੱਗੇ ਨਾ ਵਧੀਆ ਅਸੀਂ ਤਿੰਨਾਂ ਨੇ ਕੋਈ ਕਦਮ ਨਹੀਂ ਚੱਕਣਾ ਸੀ ਦੇਖ ਮੈਟਲ ਵੀਰੇ ਮੈਟਲ ਯਾਰ ਉੱਥੇ ਮੈਟਲ ਯਾਰ ਨਾ ਤਾਂ ਦੱਸ ਤੂੰ ਇਹਦਾ ਕੀ ਆ ਨਾ
ਗੱਲ ਕਰਦੇ ਆ ਰੌਕੀ ਨਾਲ। ਰੌਕੀ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਰੌਕੀ ਨਾ ਚਿਹਰੇ ਉੱਤੇ ਨਮੋਸ਼ੀ, ਨਾ ਅੱਖਾਂ 'ਚ ਅਫਸੋਸ, ਚਾਲ ਗਰਬੀਲੀ ਤੇ ਨਜ਼ਰਾਂ ਧਾਰਾ 353 ਨੂੰ ਵੰਗਾਰਦੀਆਂ। ਕੁਝ ਇਸ ਕਦਰ ਦੇ ਹਾਵ ਭਾਵ ਸਨ ਮੁਜਰਿਮ ਰੌਕੀ ਦੇ, ਜੋ ਹੁਣੇ ਹੀ ਕੋਰਟ ਵਿੱਚ ਦਾਖਲ ਹੋਇਆ। ਸਪੋਰਟਸ ਹੋਸਟਲ ਦੀ ਆੜਮਲ, ਲੜਕੀਬਾਜ਼ੀ ਅਤੇ ਬਦਮਾਸ਼ੀ ਦੀ ਦੁਨੀਆਂ ਵਿੱਚ ਆਪਣੀ ਤਾਕ ਜਮਾਉਣ ਵਾਲਾ ਰਾਜਦੀਪ ਸਿੰਘ ਉਰਫ ਰੌਕੀ ਅੱਜ ਆਪਣੀ ਪੇਸ਼ੀ ਭੁਗਤਣ ਲਈ ਪਟਿਆਲਾ ਕੋਰਟ ਪਹੁੰਚਿਆ ਹੋਇਆ ਹੈ। ਰਾਜਦੀਪ ਸਿੰਘ, ਮੈਨੂੰ ਨਹੀਂ ਲੱਗਦਾ ਤੂੰ ਇਸ ਕੇਸ ਦੀ ਸੰਜੀਦਗੀ ਨਾਲ ਵਾਕਿਫ ਹੈ। ਜੇ ਹੁੰਦਾ ਤਾਂ ਤੇਰਾ ਸਾਰਾ ਧਿਆਨ ਇੱਥੇ ਹੋਣਾ ਸੀ। ਬਰਾੜ ਸਾਹਿਬ, ਜਿਸ ਨੈਸ਼ਨਲ ਚੈਂਪੀਅਨ ਲਈ ਤੁਸੀਂ ਲੜ ਰਹੇ ਹੋ, ਉਸਨੂੰ ਆਪਣੇ ਜੁਰਮ ਦਾ ਪਛਤਾਵਾ ਤਾਂ ਕੀ? ਉਸਨੂੰ ਤਾਂ ਆਪਣੇ ਜੁਰਮ ਦਾ ਅਹਿਸਾਸ ਤੱਕ ਨਹੀਂ। ਮਾਈਆਂ ਪਏ ਤੇ ਚੰਗੇ ਘਰਾਂ ਦੀਆਂ ਕੁੜੀਆਂ ਆਪਣੇ ਹੋਣ ਵਾਲੇ ਸ਼ੌਹਰ ਨੂੰ ਨਹੀਂ ਮਿਲਦੀਆਂ। ਤੂੰ ਚੰਦਰੀਏ ਯਾਰ ਨੂੰ ਮਿਲਣ ਚੱਲੀ ਸੀ। ਸਾਡੀਆਂ ਸਰਕਾਰਾਂ ਦੇ ਰੂਪ ਬਾਈ ਰੌਕੀ। ਓ ਤੇਰੀ ਬਾਈ, ਤੇਰਾ ਚਗਲਾ ਤਾਂ ਇੰਦਰ ਦੀਆਂ ਪਰੀਆਂ ਚੁੰਮ ਚੱਟ ਕੇ ਹੀ ਮੁੜਦਾ ਹੁਣ। ਅੱਛਾ, ਘਟਾਲਾ ਭੁੱਸ ਸਾਲਾ, ਡੇਲੇ ਨਾ ਸੁੱਟ ਲਈ ਕਿਤੇ। Thank you.
ਦੱਸਦਾ ਮੈਂ। ਉਹ ਗੱਲ ਦਿਲ 'ਤੇ ਨਾ ਲਾਇਆ ਕਰ ਡਾਰਲਿੰਗ, ਔਖੇ ਵੇਲੇ ਤਲਵਾਰਾਂ ਵੀ ਸਹਿਣੀਆਂ ਪੈਂਦੀਆਂ ਨੇ ਪਿੰਡੇ ਉੱਤੇ। ਇਹ ਤਾਂ ਲੜਾ ਫਿਰ ਬੋਲਣਾ ਹੈ। ਹੁਕਮ ਦੇ, ਦੱਸ ਕੀ ਨਿਬੇੜੀਏ ਸ਼ੇਰ ਗਿਲ ਦਾ? ਉਹ ਕੱਟ ਲਾ ਰਾਜੇ ਵੈਲਪਣਾ, ਨਹੀਂ ਪੈ ਗਈ ਮੌਕ। ਮੈਂ ਕਰੀ ਸੀ ਗੱਲ ਮਨਿੰਦਰ ਸ਼ੇਰਗਿੱਲ ਨਾਲ, ਤੇਰਾ ਪੱਖ ਵੀ ਰੱਖਿਆ ਉਹਦੇ ਮੂਹਰੇ। ਰੌਕੀ ਨਾਲ ਦੱਸਦਾ ਸੀ ਪੁਰਾਣੀ ਲਾਗ ਡਾਠ ਆ। ਦੱਸ ਫਿਰ ਪ੍ਰੀਸਿਆ ਕਿਵੇਂ ਕਰੀਏ? ਮਨਿੰਦਰ ਸ਼ੇਰਗਿੱਲ ਤਾਂ ਦੋ ਟੁੱਕ ਫੈਸਲਾ ਚਾਹੁੰਦਾ। ਕਣਕ ਨਾਲ ਭੋਲਿਆ ਭੋਲਦਾ ਪੈਸਦਾ ਹੀ ਹੁੰਦਾ। ਵਾਟੇ ਨਹੀਂ ਛੱਡਦਾ, ਇੱਕ ਰਾਤ ਚ ਨੀ ਪਾਪੀਆ ਰੰਗ ਲੈਦੇ ਹੁੰਦੇ। ਦੇਖ ਲਾ ਕੱਲ ਫਲੈਟ ਆ ਬਾਈ ਦੀ, ਅੱਜ ਲੱਗਿਆ ਕਰੀਮਾਂ ਦੀਆਂ ਕਸਰਾਂ ਕੱਢਣ। ਅਗਲਾ ਸਕੀਮ ਲਾ ਕੇ ਕਾਮਨਵੈਲਥ ਚੱਲਿਆ ਤੇ ਉਹ ਵੀ ਆਸਟ੍ਰੇਲੀਆ। ਵੀਰੇ ਚਾਵਾਂ ਲੈ ਕੇ ਆਵਾਂ? ਕੋਚ ਸੁੱਟ ਸਾਲੀ ਕਾਲੀ ਚੰਮ। ਚਲੋ ਭੱਜ, ਭੂਤ ਨੀ ਦਿਓ ਕਿਤੇ ਥੋੜੀਆਂ ਭੈੜੀਆਂ ਬੂਥੀਆਂ ਦਾ ਰੰਗ ਨਾ ਚੜ ਜੇ। ਚੰਗਾ ਵੀਰ, ਤੂੰ ਮਾਰ ਰਗੜਾ, ਸਵੇਰੇ ਮਿਲਦੇ ਫਿਰ। ਗੁੱਡ ਨਾਈਟ। ਆ
ਮੈਂ ਸਭ ਕੁਛ ਹਰ ਗਿਆ ਕੋਚ ਸਾਹਿਬ, ਕੀ ਜ਼ਿੰਦਗੀ ਅਤੇ ਕੀ ਖੇਡ। ਹੁਣ ਦੱਸੋ ਕੋਚ ਸਾਹਿਬ, ਕਿਸ ਉੱਤੇ ਜਿੱਤ ਪਾਵਾਂ ਮੈਂ? ਮੁਜਰਮ ਬਣਾਤਾ ਜੀ। ਨਾ ਬੱਚੇ, ਇੱਦਾਂ ਹਾਰ ਨਹੀਂ ਮੰਨੀ ਦੀ, ਅਸੀਂ ਕੱਲ੍ਹ ਪੁਲਿਸ ਅੱਗੇ ਸਰੈਂਡਰ ਕਰ ਦਿਆਂਗੇ। ਤੈਨੂੰ ਉੱਥੋਂ ਭੱਜਣਾ ਨਹੀਂ ਸੀ ਚਾਹੀਦਾ, ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਾਂਗੇ। ਲੜਨਾ ਤਾਂ ਮੈਂ ਰਿੰਗ 'ਚ ਛੱਡਿਆ ਆਇਆ ਸੀ ਕੋਸਾ, ਜਿੱਤ ਹਾਰ ਖਿਡਾਰੀਆਂ ਲਈ ਹੁੰਦੀ ਹੈ, ਮਰਨਾ ਮਾਰਨਾ ਮੁਜਰਮਾਂ ਲਈ। ਕਾਨੂੰਨ ਨੂੰ ਮੈਂ ਮਰਿਆ ਨਹੀਂ ਥਿਆਉਂਦਾ, ਅਤੇ ਮਰਨਾ ਮੇਰੇ ਲੇਖ ਨਹੀਂ। ਮੇਰਾ ਭਾਣਜਾ ਜੀ ਰਾਜਦੀਪ ਆਪਣੀ ਮਾਂ ਨਾਲ ਮੇਰੇ ਕੋਲ ਰਹਿੰਦਾ। ਇਹਦੀ ਮਾਂ ਨੇ ਵਿਚਾਰੀ ਨੇ ਕਾਲ ਕੱਟਿਆ ਜੀ, ਘਰ ਵਾਲਾ ਸ਼ਰਾਬ 'ਚ ਬੀਤ ਗਿਆ ਅਤੇ ਵੱਡਾ ਮੁੰਡਾ ਬਦਮਾਸ਼ੀ 'ਚ। ਬਸ ਉਹ ਨਾਂ ਜਪਦੀ ਹੈ ਅਤੇ ਦਿਨ ਕੱਟਦੀ ਹੈ। ਰਾਜਦੀਪ ਉਹਦੇ ਅੱਖ ਹੀ ਨਹੀਂ ਲੱਗਦਾ ਅਤੇ ਨਾ ਹੀ ਮੇਰੀ ਗੱਲ ਸੁਣਦਾ। ਚੀ ਆਈਆਂ ਕਰਦਾ, ਘਰ 'ਚ ਵੀ, ਸਕੂਲ 'ਚ ਵੀ, ਪਿੰਡ 'ਚ ਵੀ। ਹੁਣ ਜੇ ਇਹਨੂੰ ਕਿਸੇ ਹਾਰੇ ਨਾਲ ਲਾਇਆ ਤਾਂ ਇਹ ਵੀ ਆਪਣੇ ਭਰਾ ਵਾਂਗ ਆਪਣੀ ਅਤੇ ਆਪਣੀ ਮਾਂ ਦੀ ਜ਼ਿੰਦਗੀ ਉਜਾੜ ਲਓ। ਘਰਾਂ 'ਚ ਮਿਹਰਬਾਨੀ। ਕਿਹੜੀ ਕਲਾਸ 'ਚ ਪੜ੍ਹਦਾ ਰਾਜਦੀਪ? ਛੇਵੀਂ 'ਚ। ਸਕੂਲੇ 'ਚ ਹੀ ਲੱਗਦਾ। ਤੁਸੀਂ ਰੈਸਲਿੰਗ ਸਿਖਾਉਂਦੇ ਹੋ? ਰੈਸਲਿੰਗ ਬਹੁਤ ਪਸੰਦ ਹੈ। ਮਾਂ ਘਰੇ ਵੇਖਣ ਨਹੀਂ ਦਿੰਦੀ, ਬਿੰਦਰ ਦੇ ਘਰੇ ਵੇਖਦਾ। ਹਜੇ ਕੋਈ ਆਇਆ ਨਹੀਂ ਲੜਨ। ਇਹ ਬਾਕਸਿੰਗ ਹੈ ਬੱਚੇ, ਇਹ ਲੜੀ ਨਹੀਂ ਖੇਡੀ ਜਾਂਦੀ ਹੈ। ਸੱਟ ਤਾਂ ਵੱਜਦੀ ਹੋਊ। ਹਾਂ, ਕਦੇ ਕਦਾਈ ਮਾੜੀ ਮੋਟੀ। ਤੁਹਾਡਿਆਂ ਨੂੰ ਵੀ, ਸੱਟ ਖਾਣ ਵਾਲਿਆਂ ਨੂੰ ਤੁਸੀਂ ਕੀ ਸਜ਼ਾ ਦਿੰਦੇ ਹੋ? ਮੈਂ ਸਜ਼ਾ ਨਹੀਂ ਦਿੰਦਾ ਬੱਚੇ, ਮੈਂ ਤਾਂ ਖੇਡ ਸਿਖਾਉਂਦਾ। ਮੇਰਾ ਬਾਈ ਤਾਂ ਬਹੁਤ ਕੁੱਟਦਾ ਸੀ ਜਦੋਂ ਮੈਂ ਸੱਟ ਖਾਣ ਆਉਂਦਾ ਸੀ। ਬਾਈ ਨੂੰ ਬੱਲੀਆਂ ਪਿੰਡ ਦੇ ਦੋ ਮੁੰਡਿਆਂ ਨੇ 8 ਗੋਲੀਆਂ ਮਾਰ ਕੇ ਕਤਲ ਕਰਤਾ ਸੀ। ਬਾਕਸਿੰਗ ਸਿੱਖ ਕੇ ਕੀ ਮੈਂ ਉਹਨਾਂ ਨੂੰ ਮਾਰਨ ਜੋਗਾ ਹੋ ਜਾਊਂ?
ਲਾ ਫੋਨ। ਉਹ ਚੱਕ ਲੈ ਹੁਣ। ਕੀ ਕਹਿੰਦਾ? ਉਹ ਇੱਕ ਆ ਟੈਕਸੀ ਵਾਲੇ ਨੇ ਅੱਡ ਲਹੂ ਪੀਤਾ ਯਾਰ, ਮੇਰੇ ਤੋਂ ਪੱਥਰ ਤੇ ਲਿਖਵਾ ਲੈ, ਕਰੀਮਾ ਚੱਸ ਦਊ। ਹਾਂ ਉੱਤੋਂ ਜਾ ਕੇ ਫੜਦੇ ਹਾਂ। ਚੱਲ ਚੱਲ ਆ ਜਾ। ਹੈਲੋ ਸਰ, ਪਾਠ ਕਰ ਰਹੇ ਨੇ। ਕੈਂਪਸ 'ਚ ਦੋ ਮੁੰਡਿਆਂ ਦੀਆਂ ਲਾਸ਼ਾਂ ਮਿਲੀਆਂ ਨੇ। देख रहे हैं जहां दो खिलाड़ियों की लाशें लटकी हुई पाई गई हैं। इस कदर बेरहम कत्ल शायद ही आपने पहले कहीं देखा होगा। ऑस्ट्रेलिया में होने वाले कॉमनवेल्थ को जा रहे बलजीत सिंह को जहां करीब 30 फीट की ऊंचाई से लटकाया गया है, वहीं दूसरी ओर देवेंदर नाम के स्टेट डिस्कस चैंपियन को करीब 250 फीट की ऊंचाई के एक स्टेडियम के ऊपर से। पुलिस का कहना है कि कल कोर्ट से फरार हुआ क्रिमिनल रॉकी इन दोनों कत्लों के पीछे है। पूछने पर पटियाला एसएसपी ने भरोसा जताया है कि आज शाम तक मुजरिम हिरासत में ले लिया जाएगा। ਮਨਿੰਦਰ ਬਾਈ ਨੇ ਸਾਰੇ ਬੰਦੇ ਰੌਕੀ ਨੂੰ ਲੱਭਣ ਤੇ ਲਾਏ ਹੋਏ ਨੇ। ਮਨਿੰਦਰ ਕਿੱਥੇ ਆ? ਬਾਹਰ ਨੇ। ਮਨਿੰਦਰ ਕੱਲ ਵਿਆਹ ਹੈ ਤੇਰਾ, ਘਰ ਪਹੁੰਚ ਪੁੱਤ। ਸ਼ਰੀਕਾ ਭਾਈਚਾਰਾ ਉਡੀਕਦਾ ਹੋਊਗਾ। ਉਹਨਾਂ ਨੂੰ ਆਖੀ ਬਾਈ ਉਡੀਕ ਰੱਖਣ। ਮਨਿੰਦਰ ਨੇ ਅੱਜ ਵੈਰੀ ਮਾਰ, ਸਾਰੀ ਰਾਤ ਭੰਗੜਾ ਪਾਉਣਾ। ਬੋਲਦਾ ਕਿਉਂ ਨਹੀਂ? ਹੱਥ ਅੱਡ ਲਈ ਲੜੀਆਂ ਕੱਢ ਰਹੇ ਹਾਂ। ਅੱਜ ਤੈਨੂੰ ਹੀ ਨਹੀਂ ਸੁਣਦੀਆਂ। ਤੈਨੂੰ ਮੇਰੀ ਸੌਂ ਲੱਗੇ, ਮੈਨੂੰ ਕਿਤੇ ਲੈ ਜਾ, ਮੈਂ ਮਰ ਜੂੰਗੀ। ਮੈਂ ਮਨਿੰਦਰ ਨਾਲ ਨਹੀਂ ਵਿਆਹ ਕਰਾਉਣਾ। ਤੇਰਾ ਇੱਕ ਸਿਰ ਮੜੇ ਇਲਜ਼ਾਮ ਨੀਲਾ ਹੁੰਦਾ, ਤੇਰਾ ਕਾਤਲ ਨਹੀਂ ਬਣ ਹੋਣਾ।
Rocky, I'm so sorry. ਤੇਰੇ ਕਾਲਜ 'ਚ ਮੈਨੂੰ ਇੱਕ ਨਾਂ ਨਾਲ ਬੁਲਾਉਂਦੇ ਸੀ, ਤੈਨੂੰ ਪਤਾ ਨਾ ਕਿਉਂ ਬੁਲਾਉਂਦੇ ਸੀ। ਆਪਣੀਆਂ ਆਪਣੀਆਂ ਗੱਡੀਆਂ ਪਿੱਛੋਂ ਗੋਤ ਮਿਟਾ ਲਓ। ਚਾਰ ਜਣੇ ਰਲ ਕੇ ਸਾਲੇ ਇੱਕ ਨੂੰ ਮਾਰਦੇ ਨੇ, ਐਸੇ ਹੁੰਦੇ ਨੇ ਜੱਟ, ਤੇ ਐਸਾ ਹੁੰਦਾ ਜੱਟਾਂ ਦਾ ਵੈਰ। ਕਚਹਿਰੀਆਂ ਦੇ ਫੈਸਲੇ ਕਿਤੇ ਡੱਕਦੇ ਨੇ, ਮੌਤ ਦੇ ਫਰਮਾਨ ਸਿਰਫ ਦੁਸ਼ਮਣਾਂ ਦੇ ਮੂੰਹੋਂ ਕਬੂਲਦੇ ਨੇ। ਸਾਲਿਓ, ਉਹ ਕਿਤੇ ਜੀਭ ਤਾਂ ਨਹੀਂ ਚੜੋ ਪੜਤੀ? ਸਾਲਾ ਚੂੰ ਚੂੰ ਵੀ ਨਹੀਂ ਕਰਦਾ। ਝੱਗ ਤਾਂ ਤੂੰ ਕੁੱਤੇ ਵਾਲੀ ਓ ਸੁੱਟਦਾ, ਟੁੱਕਣਾ ਤੇਰਾ ਅਜੇ ਵੀ ਕਤੂਰਿਆਂ ਵਾਲਾ ਹੀ। ਜੱਟ ਬਣਾ ਕੜਿੱਕੇ ਜਾ ਕੇ ਵੀ ਸਾਲੇ ਦੀ ਧੌਣ ਉੱਚੀ ਹੈ। ਓਏ ਭੋਰਾ, ਤਾਂ ਧੌਣ ਚੁਕਾ ਕੇ ਸ਼ਰਮ ਮੰਨ ਲੈ ਮਿੰਟ ਲਾ, ਨਾਲੇ ਗਾਟਾ ਸਾਫ ਲੈ ਜੂ। ਕੌਣ ਕੜਿੱਕੀ 'ਚ ਆਉਂਦਾ ਤੇ ਕੌਣ ਲਿਆਉਂਦਾ, ਸਭ ਨਜ਼ਰੀਏ ਦਾ ਫਰਕ ਹੈ। ਧੌਣ ਚੁਕਾ, ਖੁਰਾ ਸੁੰਘਦਾ, ਤੂੰ ਆਇਆ ਮੇਰੇ ਕੋਲ ਮੌਤ ਦੇ ਫਰਮਾਨ ਹੱਥੀ।
ਆਪਣੇ ਭਾਈ ਦੀ ਚਿਖਾ ਨੂੰ ਮੈਂ ਅੱਗ ਨਹੀਂ ਸੀ ਦੇ ਪਾਇਆ। ਲੈ ਚੱਕ, ਤੇਰੇ ਨੂੰ ਲਾਂਬੂ ਲਾਤਾ। ਤਿੰਨੇ ਮਾਰ ਦਿਓ। ਖੜ, ਕੁੜੀ ਨੂੰ ਮੇਰੇ ਕੋਲ ਲੈ ਕੇ ਆਓ। ਸੱਟਾਂ ਤੇ ਮਲਮ ਨਹੀਂ ਡਵਾ ਰਹੀ। ਰੌਕੀ, ਛੋਟਾ ਵੀ ਇਸੇ ਤਰ੍ਹਾਂ ਹੀ ਹੱਟ ਕਰਦਾ ਸੀ। ਰੌਕੀ, ਛੋਟੇ ਦੀਆਂ ਚੰਗਿਆੜਾਂ ਹਨੇਰੇ ਚ ਕੂਕ ਰਹੀਆਂ ਨੇ। ਜਿਹੋ ਜਿਹਾ ਤੂੰ ਜੱਟ, ਉਹੋ ਜਿਹਾ ਮੈਂ ਜੱਟ। ਕੱਲ ਤਾਂ ਚੜ੍ਹਦਾ ਦਿਨ ਮੈਂ ਇਹਦੀ ਰਤਨਾ ਲਿਪਾਂਗਾ। ਬਚਾ ਸਕਦਾ ਤਾਂ ਬਚਾ ਲਾ। ਹੱਡਾਂ ਤੋਂ ਮਾਸ ਚੁੰਡਣ ਨੂੰ ਮੇਰੇ ਆਲੇ ਵੀ ਕਾਲੇ ਹੈ।
रॉकी तू ठीक ते है ना? मैंने पता सी रॉकी तू आएगा। रॉकी 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 तू इतना चौका हो गया। रॉकी खड़ा रॉकी चुट 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 रॉकी होए दिला इंडिया स्टार दी जान है जाने मेरी किते नहीं निकलती बस प्रीत हुण होर नहीं उस रात तो बाद कदे रॉकी ने कॉन्टैक्ट करया या कि तो होर उदी कोई खबर कि तुम उदे बारे कुछ पता नहीं लग रहा। कल रात पुलिस ने फायरिंग चेक मुंडा मारिया पुलिस उसकी बारी नहीं शो कर रही। ਪੁਲਿਸ ਨੂੰ ਰੌਕੀ ਮਰਿਆ ਨਹੀਂ ਥਿਆਉਂਦਾ ਤੇ ਮਰਨਾ ਮੇਰੇ ਲੇਖ ਨਹੀਂ ਤੇ ਮਰਨਾ ਉਹਦੇ ਲੇਖ ਨਹੀਂ।
ਕਿਉਂ ਪੈਂਦੀ ਆ ਫਿਰ ਤੱਕ ਚੈਂਪੀਅਨ? ਥੱਲੇ ਕਰ ਓਏ ਤੂੰ ਛੋਟਿਆ, ਉਹ ਯਾਰ ਜਿਗਰੀ ਉਹ ਜਿਗਰੀ ਦੇ ਟੋਟਿਆ, ਗੱਲ ਹੱਥ ਥੱਲੇ ਕਰ ਓਏ ਤੂੰ ਛੋਟਿਆ, ਇਹਨਾਂ ਹੁੰਦੇ ਦਸ ਕਾਸ ਦੇ ਫਿਕਰ ਜੀ, ਹਰ ਗੱਲ ਵਿੱਚ ਇਹਨਾਂ ਦੇ ਜ਼ਿਕਰ ਜੀ, ਕਚਹਿਰੀਆਂ ਦੇ ਸਰਕਾਰੀ ਪਰ ਨੋਟ ਜਹੇ ਨਾਲ ਖੜੇ ਨੇ, ਓਏ ਖੜੇ ਨੇ ਬੰਦੂਕ ਕੀਤੀ ਲੋੜ ਵਰਗੇ ਨੀ ਨਾਲ ਖੜੇ ਨੇ, ਖੜੇ ਨੇ ਬੰਦੂਕ ਕੀਤੀ ਲੋੜ ਵਰਗੇ ਨੀ ਯਾਰ ਖੜੇ ਨੇ। ਜ਼ਮੀਨ ਵਾਂਗੂ ਤੂੰ ਮਿਲ ਗਈ, ਇੱਕ ਤੜਕੇ ਤੁਰਾਂ ਮੈਂ ਪਹਿਲਾਂ ਹੀ ਨਹੀਂ ਦੱਬਦਾ, ਹੱਸੀ ਕੀ ਹਵਾ ਦੇਵੀ ਵੱਲ ਝਾਕ ਜੂ, ਤੈਨੂੰ ਤੇਰਾ ਤੱਕ ਦੱਸ ਹਰਾ ਰੱਬ ਦਾ, ਹੱਸੀ ਕੀ ਹਵਾ ਦੇਵੀ ਵੱਲ ਝਾਕ ਜੂ, ਤੈਨੂੰ ਤੇਰਾ ਤੱਕ ਦੱਸ ਹਰਾ ਰੱਬ ਦਾ। ਓਏ ਤਾਂ ਮਾਲਕ ਦੀ ਸੱਚੀ ਤੱਕੀ ਓਟ ਵਰਗੇ ਨੀ ਨਾਲ ਖੜੇ ਨੇ, ਓਏ ਖੜੇ ਨੇ ਬੰਦੂਕ ਕੀਤੀ ਲੋੜ ਵਰਗੇ ਨੀ ਨਾਲ ਖੜੇ ਨੇ, ਖੜੇ ਨੇ ਬੰਦੂਕ ਕੀਤੀ ਲੋੜ ਵਰਗੇ ਨੀ ਯਾਰ ਖੜੇ ਨੇ। ਮਾਰੀਆਂ ਰਹਿਣ ਚੜ੍ਹਦੀ ਕਲਾ ਦੇ ਵਿੱਚ ਯਾਰੀਆਂ, ਰੱਬ ਰਾਜੀ ਰੱਖੇ ਮਸਤ ਹੀ ਰਹੀ।